ਪ੍ਰੋਗਰਾਮ 16 ਨੇ ਸਤਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਗੱਲ ਕਰਾਂਗੇ ਪੰਜਾਬ ਦੇ ਚਲੰਤ ਮੁੱਦਿਆਂ ਦੇ ਉੱਤੇ ਖਾਸ ਕਰਕੇ ਕੁਮਰ ਵਿਜੇ ਪ੍ਰਤਾਪ ਦੇ ਅੱਜ ਕੱਲ ਆ ਰਹੇ ਬਿਆਨ ਚਰਚਾ ਦਾ ਵਿਸ਼ਾ ਬਣ ਗਏ ਨੇ ਉਹਨਾਂ ਨੇ ਤੇ ਇੱਥੋਂ ਤੱਕ ਕਹਿਤਾ ਕਿ ਰਵਿੰਦ ਕੇਜਰੀਵਾਲ ਨੂੰ ਜੇਲ੍ਹ ਤੱਕ ਬਚਾਉਣ ਵਾਲੇ ਕੌਣ ਨੇ ਉਹ ਲੰਡਨ 'ਚ ਬੈਠੇ ਐ ਲੰਡਨ 'ਚ ਕੌਣ ਐ ਇਸ ਦੇ ਉੱਤੇ ਚਰਚਾ ਕਰਾਂਗੇ ਨਾਲ ਗੱਲ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ 13 ਦੇ 13 ਉਮੀਦਵਾਰ ਅੱਜ ਜਦੋਂ ਮੋਹਾਲੀ ਤੋਂ ਇਕੱਠੇ ਕਰ ਲਏ ਔਰ ਸਨੇਹਾ ਦੇ ਦਿੱਤਾ ਕਿ ਉਹ ਤਿੰਨ ਤਿੰਨ ਵਾਰ ਚਾਰ ਚਾਰ ਵਾਰ ਜਾਣਗੇ ਤੇ ਉਹਨਾਂ ਦੀ ਗੱਡੀ ਆ ਜਿਹੜੀ ਫੁੱਲਾਂ ਨਾਲ ਲੱਦੀ ਜਾਂਦੀ ਐ ਮੇਰਾ ਨਹੀਂ ਵਿਰੋਧ ਹੁੰਦਾ ਬਾਕੀਆਂ ਦਾ ਤਾਂ ਹੁੰਦਾ ਕਿਉਂਕਿ ਪੰਜਾਬ ਦੇ ਨਾਲ ਕੀ ਕੁਝ ਕੀਤਾ ਉਹਨਾਂ ਨੇ ਤੁਸੀਂ ਸਾਰੇ ਜਾਣਦੇ ਹੋ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਵਾਲੀ ਤਕਰੀਰ ਦੇ ਵਿੱਚ ਕਿਹੜੀਆਂ ਗੱਲਾਂ ਖਾਸ ਸੀ ਕਿਹੜੀਆਂ ਗੱਲਾਂ ਆਪਣੇ ਵੱਲ ਧਿਆਨ ਖਿੱਚਣ ਲਈ ਕੀਤੀਆਂ ਗਈਆਂ ਇਸ ਦੇ ਮਾਇਨੇ ਕੀ ਨੇ ਅਸਰ ਕੀ ਰੱਖਣਗੇ ਇਸ ਚੋਣ ਦੇ ਵਿੱਚ ਇਸ ਦੇ ਉੱਤੇ ਵੀ ਗੱਲ ਕਰਾਂਗੇ ਤੇ ਤੀਜਾ ਮਸਲਾ ਜਿਹੜਾ ਲਗਾਤਾਰ ਵਿਰੋਧ ਹੋ ਰਿਹਾ ਉਮੀਦਵਾਰਾਂ ਦਾ ਉਸ ਦੇ ਵਿੱਚੋਂ ਖਾਸ ਕਰਕੇ ਕਿਸਾਨ ਜਥੇਬੰਦੀਆਂ ਦਾ ਜਦੋਂ ਟਕਰਾਅ ਹੁੰਦਾ ਭਾਜਪਾ ਦੇ ਲੀਡਰਾਂ ਦੇ ਨਾਲ ਤੇ ਇੱਟਾਂ ਰੋੜੇ ਤੱਕ ਚੱਲਣ ਦੀ ਜਿਹੜੀ ਨੌਬਤ ਆ ਰਹੀ ਹੈ ਕਈ ਥਾਵਾਂ ਦੇ ਉੱਤੇ ਤਾਂ ਹਿੰਸਕ ਕਾਰਵਾਈ ਕਿਉਂ ਬਣ ਰਹੀ ਹੈ ਕੀ ਵਿੱਚ ਸ਼ਰਾਰਤੀ ਅੰਸਰ ਵੜ ਜਾਂਦੇ ਆ ਕੀ ਇਹ ਟਕਰਾਅ ਨੂੰ ਹੋਰ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਕਿਸ ਦਾ ਫਾਇਦਾ ਕਿਸੇ ਖਾਸ ਪਾਰਟੀ ਨੂੰ ਹੋ ਜਾਵੇ ਕੀ ਐ ਸਾਰਾ ਮਾਜਰਾ ਕੀ ਐ ਮਸਲਾ ਇਸ ਦੇ ਉੱਤੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਜੀ ਕੁਮਰ ਵਿਜੇ ਪ੍ਰਤਾਪ ਦੇ ਪਹਿਲਾਂ ਵਾਲੇ ਜਿਹੜੇ ਪੁਲਿਸ ਦੇ ਬਾਰੇ ਬਿਆਨ ਦਿੱਤਾ ਗਿਆ ਕਿ ਕਿਹੜਾ ਕਿਸ ਦਾ ਖਾਸਮ ਖਾਸ ਹੈ ਤੇ ਨਸ਼ਾ ਕਿਵੇਂ ਵਿਕਦਾ ਇੱਕ ਉਸ ਗੱਲ ਨੇ ਚਰਚਾ ਛੇੜੀ ਹਾਲਾਂਕਿ ਉਹ ਪ੍ਰਚਾਰ ਵੀ ਆਮ ਆਦਮੀ ਪਾਰਟੀ ਲਈ ਕਰ ਰਿਹਾ ਪਰ ਬਿਆਨ ਐਸਾ ਦੇ ਦਿੰਦੇ ਆ ਕਿ ਆਮ ਆਦਮੀ ਪਾਰਟੀ ਲਈ ਹੀ ਵਿਪਤਾ ਖੜੀ ਹੋ ਜਾਂਦੀ ਹੈ ਇੱਕ ਉਹਨਾਂ ਨੇ ਹੋਰ ਬੁਝਾਰਤ ਜੀ ਜਿਹੜੀ ਪਾਈ ਹੈ ਉਸ ਦੀ ਥੋੜੀ ਜੀ ਖੋਲਣ ਦੀ ਕੋਸ਼ਿਸ਼ ਕਰੋ ਕਿ ਉਹ ਗੁੰਝਲ ਕੀ ਹੈ ਦੇਖੋ ਸੰਦੀਪ ਸਭ ਤੋਂ ਵੱਡੀ ਗੱਲ ਹੈ ਇੱਕ ਵਿਸ਼ਵਾਸ ਦਾ ਦੂਜਾ ਨਾਮ ਹੈ ਯਕੀਨ ਵੀ ਲੋਕੀ ਕਰਦੇ ਨੇ ਇਮਾਨਦਾਰੀ ਪੱਖੋਂ ਵੀ ਔਰ ਮਿਹਨਤ ਪੱਖੋਂ ਵੀ ਹੁਣ ਸਵਾਲ ਹੈ ਕਿ ਅੰਮ੍ਰਿਤਸਰ ਤੋਂ ਪ੍ਰਚਾਰ ਕਰ ਰਹੇ ਨੇ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਜਿਹੜੇ ਆਮ ਆਦੀ ਪਾਰਟੀ ਦੇ ਮੰਤਰੀ ਵੀ ਨੇ ਤੇ ਉਮੀਦਵਾਰ ਨੇ ਜਿਹੜੀ ਉਹਨਾਂ ਦੇ ਹਾਲੇ ਵੀ ਫੇਸਬੁੱਕ ਪੇਜ ਤੇ ਪਈਆ 46 ਮਿੰਟ ਦੀ ਇੱਕ ਵੀਡੀਓ ਆ ਜਿਹਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਬਹੁਤ ਸਾਰੇ ਖਲਾਸੇ ਕੀਤੇ ਨੇ ਇੱਕ ਤੇ ਉਹਨਾਂ ਇਹ ਕਹਿ ਦਿੱਤਾਗਾ ਕਿ ਜਿਹੜੇ ਰਾਗੂਵ ਚੱਡਾ ਨੇ ਉਹਦੇ ਦੋ ਨੇ ਪੁਲਿਸ ਅਫਸਰ ਖਾਸ ਇੱਕ ਤੇ ਹੈਗਾ ਡੀਐਸਪੀ ਤੇ ਇੱਕ ਹੈਗਾ ਐਸਪੀ ਜਿਹੜੇ ਨਸ਼ੇ ਵਕਾਉਂਦੇ ਨੇ ਤੇ ਆਮ ਆਦੀ ਪਾਰਟੀ ਦੇ ਇਸ ਐਮਐਲਏ ਦੇ ਯਕੀਨ ਕੀਤਾ ਜਾਵੇ ਤਾਂ ਸਰਕਾਰ ਕਰੇ ਜਾਂ ਨਾ ਕਰੇ ਉਹ ਸਰਕਾਰ ਨੇ ਫੈਸਲਾ ਕਰਨਾ ਪਰ ਵਿਰੋਧੀ ਕਹਿੰਦੇ ਕਿ ਰਾਗੂਵ ਚੱਡਾ ਸਾਹਿਬ ਨੂੰ ਡਿਸਮਿਸ ਕਰ ਦੇਣਾ ਚਾਹੀਦਾ ਉਹਦੇ ਕੋਲ ਰਾਜ ਸਭਾ ਮੈਂਬਰਸ਼ਿਪ ਖੋਹ ਲੈਣੀ ਚਾਹੀਦੀ ਆ ਕਿ ਜਿਹਦੇ ਲائے ਹੋਏ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਨਸ਼ਾ ਵਕਾ ਰਹੇ ਨੇ ਕਿਉਂਕਿ ਹੋਰ ਤਾਂ ਕਿਸੇ ਨੇ ਨਹੀਂ ਕਿਹਾ ਪਰ ਹੁਣ ਜੇ 40 ਮਿੰਟ ਦੀ ਵੀਡੀਓ ਧਿਆਨ ਨਾਲ ਸੁਣੀ ਜਾਵੇ ਉਹਨਾਂ ਦੀ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੇ ਜਿਹੜੇ ਅੰਮ੍ਰਿਤਸਰ ਨਾਰਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਸ ਉਹਦੀ ਸਪੀਚ ਉਹਨਾਂ ਦੀ ਸਪੀਚ ਨੂੰ ਲੈ ਕੇ ਇੰਡੀਅਨ ਐਕਸਪ੍ਰੈਸ ਦੇ ਬੜੇ ਸੀਨੀਅਰ ਜਰਨਲਿਸਟ ਨੇ ਕਮਲਜੀਤ ਸਿੰਘ ਬਰਾੜ ਉਹਨਾਂ ਨੇ ਖਬਰ ਜਿਹੜੀ ਪ੍ਰਕਾਸ਼ਿਤ ਕੀਤੀ ਉਹਦੇ ਚ ਜ਼ਿਕਰ ਕੀਤਾਗਾ ਕਿ ਅਗਰ ਅਰਵਿੰਦ ਕੇਜਰੀਵਾਲ ਦੇ ਨਾਲ ਮੈਂ ਹੁੰਦਾ ਮੈਨੂੰ ਭਰੋਸਾ ਜਿਵੇਂ ਮੇਰੇ ਤੇ ਪਹਿਲਾਂ ਸੀ ਜੇ ਭਰੋਸਾ ਮੇਰੇ ਤੇ ਰੱਖਦੇ ਨਾ ਸੀਬੀਆਈ ਤੇ ਨਾ ਈਡੀ ਉਹਨਾਂ ਨੂੰ ਹੱਥ ਨਹੀਂ ਸਿਲਾ ਸਕਦੀ ਉਹਨਾਂ ਨੂੰ ਸ਼ੂਬ ਨਹੀਂ ਸਕਦੀ ਪਰ ਅੱਜ ਕੱਲ ਉਹ ਲੋਕ ਨੇ ਜੇ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਜਿਹੜੀ ਗ੍ਰਿਫਤਾਰੀ ਹੋਈ ਨੇ ਉਹਨਾਂ ਲੋਕਾਂ ਨੇ ਸਬੂਤ ਪ੍ਰੋਵਾਈਡ ਕਰਵਾਏ ਨੇ ਪ੍ਰੂਫ ਪ੍ਰੋਵਾਈਡ ਕਰਵਾਏ ਨੇ ਐਵੀਡੈਂਸ ਪ੍ਰੋਵਾਈਡ ਕਰਵਾਏ ਨੇ ਸਰਕਾਰ ਨੂੰ ਕਰਵਾਏ ਹੁਣ ਕਿਨੇ ਤੇ ਜਿਹੜੇ ਪ੍ਰੋਵਾਈਡ ਕਰਵਾ ਕੇ ਹੁਣ ਲੰਡਨ ਦੇ ਵਿੱਚ ਘੁੰਮ ਰਹੇ ਨੇ ਹੁਣ ਜੱਗ ਜਾਣਦਾ ਕਿ ਲੰਡਨ ਦੇ ਵਿੱਚ ਕੌਣ ਘੁੰਮ ਰਹੇ ਨੇ ਆਪਾਂ ਨੂੰ ਤਾਂ ਪਤਾ ਨਹੀਂ ਆ ਹੋ ਸਕਦਾ ਹੈ ਕਿ ਆਮ ਆਦੀ ਪਾਰਟੀ ਵਾਲੇ ਨੂੰ ਪਤਾ ਹੋਵੇ ਆਮ ਆਦੀ ਪਾਰਟੀ ਦੇ ਵਰਕਰਾਂ ਨੂੰ ਐਮ ਐਲ ਏਜ਼ ਨੂੰ ਮੰਤਰੀ ਨੂੰ ਉਹ لازمی ਤੌਰ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਪਤਾ ਹੋਊਗਾ ਜੇਕਰ ਐਮ ਐਲ ਏ ਨੂੰ ਪਤਾ ਲੱਗ ਗਿਆ ਕਿ ਲੰਡਨ ਦੇ ਵਿੱਚ ਕੌਣ ਘੁੰਮ ਰਹੇ ਨੇ ਉਹ ਸਾਰੀ ਦੁਨੀਆ ਨੂੰ ਪਤਾ ਹੋ ਸਕਦਾ ਹੁਣ ਸਵਾਲ ਹੈ ਕਿ ਇਸ਼ਾਰਾ ਹੀ ਬਹੁਤ ਆ ਕਹਿੰਦੇ ਕਿ ਜਿਹੜਾ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੈਗਾ। ਪਰ ਗੱਲ ਦੀ ਸਮਝ ਨਹੀਂ ਆਈ। ਕੁਮਰ ਵਿਜੇ ਪ੍ਰਤਾਪ ਤਾਂ ਕਹਿੰਦੇ ਕਿ ਇਹਨਾਂ ਦੇ ਵਿੱਚੋਂ ਹੀ ਆ ਕੋਈ ਜਿਹੜਾ ਘੁੰਮ ਰਿਹਾ ਲੰਡਨ ਤੇ ਉਹਨਾਂ ਨੇ ਪ੍ਰੋਵਾਈਡ ਕਰਾਏ ਦਸਤਾਵੇਜ਼। ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਹੁਣ ਤੱਕ ਜਿੰਨਾ ਡਿਫੈਂਡ ਕੀਤਾ ਅਰਵਿੰਦ ਕੇਰੀਵਾਲ ਨੂੰ ਇਹ ਕਿਹਾ ਗਿਆ ਕਿ ਸਿਆਸੀ ਬਦਲਾਖੋਰੀ ਹੈ, ਰੰਜਿਸ਼ ਹੈ ਸਾਡੀ ਪਾਰਟੀ ਦੀ ਚੜ੍ਹਤ ਬਰਦਾਸ਼ਤ ਨਹੀਂ ਹੋ ਰਹੀ। ਅੱਜ ਵੀ ਮੁੱਖ ਮੰਤਰੀ ਨੇ ਕਿਹਾ ਕਿ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ? ਸਾਡੀ ਪਾਰਟੀ ਜਿੱਥੇ ਜਾਂਦੀ ਹੈ ਝਾੜੂ ਜਾਂਦਾ ਵਿਜੇਪੀ ਸਾਫ ਹੁੰਦੀ ਜਾ ਰਹੀ ਹੈ। ਇਸ ਕਰਕੇ ਨਿਸ਼ਾਨਾ ਬਣਾਇਆ ਗਿਆ। ਪਰ ਕੁ ਨੇ ਫਿਰ ਦੇ ਸਰਕਾਰ ਨੂੰ ਮੁੱਖ ਮੰਤਰੀ ਨੂੰ ਅਰਵਿੰਦ ਕੇਜਰੀਵਾਲ ਨੂੰ ਚ ਚਲੋ ਜੇਲ ਚਾ ਸਨੀਤਾ ਕੇਜਰੀਵਾਲ ਮੈਡਮ ਨੂੰ ਹੀ ਅਰਵਿੰਦ ਇਹਨਾਂ ਨੂੰ ਪੁੱਛ ਲੈਣਾ ਚਾਹੀਦਾ ਕੁਮਰ ਵਿਜੇ ਪ੍ਰਤਾਪ ਹੁਣਾਂ ਨੂੰ ਵੀ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਕਿ ਅਰਵਿੰਦ ਕੇਜਰੀਵਾਲ ਦੇ ਖਿਲਾਫ ਸਬੂਤ ਦਿੱਤੇ ਗਏ ਨੇ ਐਵੀਡੈਂਸ ਦਿੱਤੇ ਗਏ ਨੇ ਦੇਖੋ ਇੱਕ 1998 ਬੈਚ ਦਾ ਆਈਪੀਐਸ ਅਫਸਰ ਅਧਿਕਾਰੀ ਨੇ ਤੇ ਉਸ ਸਮੇਂ ਜਿਹੜੇ 1998 ਦੇ ਵਿੱਚ ਆਈਪੀਐਸ ਆਈਏ ਸਿਲੈਕਟ ਹੋਣਗੇ ਆਪਸ ਦੇ ਵਿੱਚ ਤੇ ਇਹਨਾਂ ਦੀ ਸੰਪਰਕ ਹੋਇਆ ਹੋ ਸਕਦਾ ਕੋਈ ਆਈਆਰਐਸ ਨੇ ਵੀ ਕਈ ਹੋਵੇ ਉਹ ਹੋ ਸਕਦਾ ਕਿ ਈਡੀ ਦੇ ਵਿੱਚ ਕੋਈ ਬੈਚਮੇਟ ਲੱਗਾ ਹੋਵੇ ਜਾਂ ਦਿੱਲੀ ਪੁਲਿਸ ਦੇ ਵਿੱਚ ਬੈਚਮੇਟ ਲੱਗਾ ਹੋਵੇ ਜਾਂ ਸੈਂਟਰ ਦੀ ਕਿਸੇ ਏਜੰਸੀ ਦੇ ਨਾਲ ਦਾ ਬੈਚਮੇਟ ਹੋਵੇ ਪਰ ਖੁਦ ਵੀ ਪੁਲਿਸ ਅਫਸਰ ਰਹੇ ਨੇ ਆਈਜੀ ਰੈਂਕ ਦਾ ਛੋਟਾ ਰੈਂਕ ਨਹੀਂ ਆਗਾ ਸਾਰੇ ਪਤਾ ਪੁਲਿਸ ਦੇ ਵਿੱਚ ਕੀ ਕੁਝ ਚੱਲਦਾ ਕੀ ਕੁਝ ਨਹੀਂ ਚੱਲਦਾ ਇੰਟੈਲੀਜੈਂਸ ਕੀ ਰਿਪੋਰਟ ਪਰ ਬੰਦੇ ਨੇ 22 23 ਸਾਲ ਜੌਬ ਕੀਤੀ ਆ ਤੇ ਥੋੜੀ ਜੌਬ ਵੀ ਨਹੀਂ ਆ ਗਈ ਤੇ ਇਸ ਕਰਕੇ ਇਹ ਤਾਂ ਹੁਣ ਸਰਕਾਰ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੀਦਾ ਕਿ ਸਾਨੂੰ ਤਾਂ ਪਤਾ ਨਹੀਂ ਜਾਂ ਦਿੱਲੀ ਵਾਲੇ ਨੂੰ ਪੁੱਛਣਾ ਚਾਹੀਦਾ ਪਰ ਐਡਾ ਇੱਕ ਸ਼ੋਰ ਹੋ ਕੇ ਪਰੋਸਾ ਦਿਖਾ ਕੇ ਪਰੋਸੇ ਨਾਲ ਕੀ ਹੋਵੇ ਵਿਸ਼ਵਾਸ ਨਾ ਕੀ ਹੋਵੇ ਕਿ ਜਿਹੜੇ ਐਵੀਡੈਂਸ ਦੇਣ ਤੋਂ ਬਾਅਦ ਬੰਦੇ ਗਾਇਬ ਹੋ ਗਏ ਨੇ ਤੇ ਉਹ ਲੰਡਨ ਘੁੰਮ ਰਹੇ ਨੇ ਹੁਣ ਸਾਰੀ ਦੁਨੀਆ ਨੂੰ ਇਹ ਵੀ ਪਤਾ ਹੈ ਕਿ ਬਹੁਤ ਸਾਰੇ ਜਿਹੜੇ ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਗ੍ਰਿਫਤਾਰ ਹੋਏ ਨੇ ਭ੍ਰਿਸ਼ਟਾਚਾਰ ਦੇ ਮਸਲੇ ਜਿਹੜੇ ਪੌਲ ਜਿਹੜਾ ਉਸ ਮਸਲੇ ਦੇ ਕਈ ਜਿਹੜੇ ਰਾਜ ਸਭਾ ਮੈਂਬਰ ਨੇ ਉਹਨਾਂ ਦੀ ਸਟੇਟਮੈਂਟ ਨਹੀਂ ਆਈ ਨਾ ਪੰਜਾਬ ਵਾਲਿਆਂ ਦੀ ਨਾ ਦਿੱਲੀ ਵਾਲਿਆਂ ਦੀ ਆਈ ਹੈਗੀ ਇਹ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਆਖਰ ਕੌਣ ਨੇ ਇਹ ਤਾਂ ਬਹੁਤ ਚਿੰਤਾ ਵਾਲਾ ਸਵਾਲ ਹੈ ਕਿ ਉਹ ਕਹਿੰਦੇ ਨਾ ਘਰ ਦਾ ਭੇਤੀ ਲੰਕਟ ਹੈ ਰਾਵਣ ਨੂੰ ਅਗਰ ਮਾਰਿਆ ਗਿਆ ਹਰਾਇਆ ਗਿਆ ਉਹਦੇ ਭਰਾ ਵੀਸ਼ਣ ਨੇ ਹੀ ਮਦਦ ਕੀਤੀ ਨਾ ਭਗਵਾਨ ਰਾਮ ਦੀ ਤੇ ਜੇ ਅੱਜ ਕੇਜਰੀਵਾਲ ਜਿਹੜੇ ਆਮ ਆਦੀ ਪਾਰਟੀ ਦੇ ਲੀਡਰ ਸੁਪਰੀਮੋ ਜਿਹੜੇ ਕਹਿੰਦੇ ਕਿ ਦੇਸ਼ ਦੇ ਵਿੱਚ ਇੱਕ ਕ੍ਰਾਂਤੀਕਾਰੀ ਨੇਤਾ ਤੇ ਕ੍ਰਾਂਤੀਕਾਰੀ ਨੇਤਾ ਨੂੰ ਜੇਲ੍ਹ ਚ ਭੇਜਣ ਦੇ ਵਿੱਚ ਕਿਹਦਾ ਹੱਥ ਰਹਿ ਗਿਆ ਸੈਂਟਰ ਦਾ ਈਡੀ ਦਾ ਜਾ ਸਟੇਟ ਦੀਆਂ ਏਜੰਸੀਆਂ ਦਾ ਜਾਂ ਫਿਰ ਆਪਣੇਆਂ ਦਾ ਕਿਉਂਕਿ ਜਦੋਂ ਪਾਲਿਸੀਆਂ ਬਣਦੀਆਂ ਹੋਣਗੀਆਂ ਤੇ ਪਾਲਿਸੀਆਂ ਅੱਜ ਕੱਲ ਹਰ ਕੋਈ ਰਿਕਾਰਡ ਰੱਖਦਾ ਤੁਸੀਂ ਚਾਹੇ ਉਹ ਵਟਸਐਪ ਤੇ ਕੋਈ ਗਰੁੱਪ ਬਣਾਇਆ ਸਕਰੀਨਸ਼ਾਟ ਲੈ ਲਏ ਉਹਨਾਂ ਦੇ ਉਹਦੇ ਵਿੱਚ ਕਿਸੇ ਦੀ ਜੈਸ ਹੋਈ ਕਿਸੇ ਦੀ ਨੋ ਹੋਈ ਆ ਉਹ ਸਾਰੇ ਨੂੰ ਸਵਾਲ ਹੈ ਕਿ ਐਡੀ ਇੱਕ ਸਟੇਟਮੈਂਟ ਦੇਣੀ ਉਹ ਵੀ ਚੁਣਿਆ ਹੋਇਆ ਨੁਮਾਇੰਦਾ ਤੋਂ ਬਹੁਤ ਸਵਾਲ ਖੜੇ ਕਰਦੇ ਨੇ ਉਹ ਅਗਰ ਉਹ ਕੌਨਫੀਡੈਂਸ ਦੇ ਨਾਲ ਕਹਿ ਰਹੇ ਕਿ ਰਵਿੰਦ ਕੇਜਰੀਵਾਲ ਨੂੰ ਮਰਵਾਇਆ ਇਸਲਾਹ ਕਰਾਣੇ ਆ ਤੇ ਜੇ ਮੈਨੂੰ ਰੱਖਦੇ ਜਿਵੇਂ ਮੇਰੇ ਤੇ ਭਰੋਸਾ ਹੈ ਕਿ ਮੈਨੂੰ ਪੰਜਾਬ ਦੇ ਵਿੱਚ 70 ਹਲਕਿਆਂ 'ਚ ਮੈਂ ਪ੍ਰਚਾਰ ਕੀਤਾ ਬਾਹਰ ਵੀ ਗਿਆ ਕਿ ਮੈਨੂੰ ਲੈ ਕੇ ਉਹ ਬੜੇ ਹਮਦਰਦ ਹਮਦਰਦੀ ਮੇਰੇ ਕਿ ਬੜੇ ਇਮਾਨਦਾਰ ਨੇ ਬੜੇ ਮਿਹਨਤੀ ਨੇ ਤੇ ਮੈਨੂੰ ਮੈਂ ਟਿਕਟ ਮਿਲੀ ਨਹੀਂ ਤੇ ਮੈਂ ਕਹਿੰਦੇ ਮੇਰੇ ਚੋਣ ਲੜਨ ਦਾ ਕੋਈ ਤਰੀਕਾ ਨਹੀਂ ਪਰ ਜਿਹੜੀ ਉਹਨਾਂ ਨੇ ਮੇਰੇ ਤੇ ਜਜ਼ਬਾਤ ਉਹਨਾਂ ਦੀ ਜਿਹੜੀ ਮੇਰੇ ਪ੍ਰਤੀ ਪਿਆਰ ਸੀ ਮੈਂ ਉਹ ਰੋਕ ਨਹੀਂ ਪਾਇਆ ਮੈਂ ਸਿਆਸਤ ਆ ਕੇ ਮੈਂ ਐਮਐਲਏ ਬਣ ਗਿਆ ਬਾਅਦ ਕਹਿੰਦੇ ਜਿੱਦਣ ਰਿਜ਼ਲਟ ਆਏ ਨੇ ਤੇ ਮੈਨੂੰ ਇਹ ਕਹਿ ਦਿੱਤਾ ਗਿਆ ਕਿ ਅੱਜ ਤੋਂ ਬਾਅਦ ਤੁਸੀਂ ਅਰਵਿੰਦ ਕੇਜਰੀਵਾਲ ਦੇ ਨੇੜੇ ਨਹੀਂ ਫੜਕਣਾ ਹੈਗਾ। ਹੂੰ। ਕਹਿੰਦੇ ਉਸ ਦਿਨ ਨਾ ਮੈਨੂੰ ਗੋਲਡਨ ਟੈਂਪਲ ਕੇਜਰੀਵਾਲ ਸਾਹਿਬ ਦੇ ਨਾਲ ਜਾਣ ਦਿੱਤਾ, ਨਾ ਦੁਰਗਾਣਾ ਮੰਦਿਰ ਜਾਣ ਦਿੱਤਾ। ਮੈਨੂੰ ਰਾਸਤੇ 'ਚ ਮੇਰੀ ਗੱਡੀ ਕਹਿੰਦੇ ਤੁਸੀਂ ਜਾਓ ਸਸਰੀਕਾਲ। ਹੂੰ। ਤੇ ਕਹਿੰਦੇ ਇਹ ਵੀ ਲੋਕ ਕਹਿੰਦੇ ਰਹੇ ਰਾਜ ਸਭਾ ਮੈਂਬਰ ਇੱਕ ਕਿ ਤੂੰ ਮੇਰੇ ਕਰਕੇ ਐਮਐਲਏ ਬਣਿਆ। ਤੇ ਕਹਿੰਦੇ ਮੈਂ ਉਹਨੂੰ ਜਵਾਬ ਦਿੱਤਾ ਕਿ ਫਿਰ ਅੰਬਰਸਰ ਲੋਕਾਂ ਦਾ ਕੀ ਕਰੀਏ? ਉਹਨਾਂ ਦੀ ਕੀ ਰੋਲ ਰਹਿ ਗਈ ਆ? ਉਹਨਾਂ ਦੀ ਕੀ ਭੂਮਿਕਾ ਆ ਗਈ ਆ? ਹੁਣ ਇਹ ਜਿਹੜਾ ਨਿਸ਼ਾਨਾ ਲਾਇਆ ਉਹ ਲੰਡਨ ਚ ਕੌਣ ਘੁੰਮ ਰਿਹਾ ਅੱਜ ਕੱਲ ਕੋਈ ਆਮ ਆਦੀ ਪਾਰਟੀ ਦੇ ਕਈ ਐਮਪੀ ਤੇ ਕਈ ਲੀਡਰ ਘੁੰਮ ਰਹੇ ਨੇ ਬਾਹਰ ਪਤਰੀ ਕਿਉਂ ਘਮਰੇ ਨੇ ਕੀ ਵਜ੍ਹਾ ਆ ਗਈ ਨੇ ਹੁਣ ਕਿਰਤੇ ਬੰਦਾ ਸ਼ੱਕ ਕਰੇ ਇਹ ਤੇ ਫਿਰ ਹੋ ਸਕਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅਰਵਿੰਦ ਕੇਜਰੀਵਾਲ ਉਹਨੂੰ ਨੂੰ ਕੁਮਰ ਵਿਜੇ ਪ੍ਰਤਾਪ ਨੂੰ ਬੁਲਾ ਕੇ ਪੁੱਛ ਰਣ ਜਾਂ ਹੋ ਸਕਦਾ ਕਿ ਬੀਬਾ ਸਨੀਤਾ ਕੇਜਰੀਵਾਲ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਬੁਲਾ ਕੇ ਪੁੱਛ ਰਣ ਵੀ ਉਹ ਸਾਨੂੰ ਦੱਸੋ ਉਹ ਕਿਹੜਾ ਵਾ ਕਿਹੜਾ ਗਦਾਰ ਆ ਕਿਉਂਕਿ ਜੇ ਤੁਸੀਂ ਆਪਣੇ ਬੌਸ ਨੂੰ ਫੜਾਉਂਦੇ ਹੋ ਆਪਣੇ ਬੌਸ ਦੇ ਪ੍ਰਤੀ ਕਾਗਜ਼ ਇਕੱਠੇ ਦਸਤਾਵੇਜ਼ ਇਕੱਠੇ ਕਰਕੇ ਦੂਜੀ ਸਰਕਾਰ ਨੂੰ ਦਿੰਦੇ ਹੋ ਸਟੇਟ ਏਜੰਸੀ ਨੂੰ ਉਹ ਤਾਂ ਗद्दार ਹੀ ਹੋਇਆ ਹੁਣ ਦੂਜਿਆਂ ਦੇ ਗद्दार ਤੇ ਤੁਸੀਂ ਆਪਣੀ ਟੀਮ ਚ ਸ਼ਾਮਲ ਕਰਕੇ ਕ੍ਰਾਂਤੀਕਾਰੀ ਸਾਬਤ ਕਰ ਦਿੱਤੇ ਇਨਕਲਾਬੀ ਸਾਬਤ ਕਰਦੇ ਤੁਹਾਡਾ ਇਹ ਵੀ ਗद्दार ਹੀ ਹੈ ਜਿਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਹੀ ਐਵੀਡੈਂਸ ਫੜਾ ਦਿੱਤੇ ਹੈਗੇ ਨੇ ਇਹ ਤਾਂ ਬਹੁਤ ਇੱਕ ਸੀਰੀਅਸ ਗੰਭੀਰ ਮਸਲਾ ਹੈਗਾ ਕਿ ਇਸ ਮਸਲੇ ਦੇ ਵਿੱਚ ਇੱਕ ਉਸੇ ਪਾਰਟੀ ਦਾ ਐਮਐਲਏ ਕਹਿ ਰਿਹਾ ਕਿ ਸਾਡੇ ਜਿਹੜੇ ਸੁਪਰੀਮ ਹੋਣੇ ਜਿਨ੍ਹਾਂ ਨੂੰ ਇਸ ਟਾਈਮ ਉਹ ਜੇਲ੍ਹ ਦੇ ਵਿੱਚ ਨੇ ਤੇ ਉਹਨਾਂ ਨੂੰ ਕੌਣ ਸਬੂਤ ਉਹ ਬੰਦੇ ਕਹਿੰਦੇ ਕਿ ਲੰਡਨ ਦੇ ਵਿੱਚ ਘੁੰਮ ਰਿਹਾਗੇ ਨੇ ਇਹ ਤੇ ਬਹੁਤ ਹੀ ਵੱਡੇ ਸੀਰੀਅਸ ਮਸਲੇ ਨੇ ਲਾਜ਼ਮੀ ਤੌਰ ਤੇ ਵਿਰੋਧੀ ਹੋਰ ਸਵਾਲ ਖੜੇ ਕਰਨਗੇ ਕਿਉਂਕਿ ਮੌਕਾ ਦਿੱਤਾ ਗਿਆ ਕੁਮਰਵਿਜ ਪ੍ਰਤਾਪ ਹੋਣਾ ਵੱਲੋਂ ਹਾਲੇਕਿ ਉਹ ਚੋਰ ਪ੍ਰਚਾਰ ਵੀ ਠੀਕ ਕਰ ਰਹੇ ਹੋ ਆਪਣੇ ਹਲਕੇ 'ਚ ਵੀ ਜਾ ਰਹੇ ਨੇ ਜਾਂ ਹੋਰਾਂ 'ਚ ਵੀ ਜਾ ਰਹੇ ਜਿੱਥੇ-ਜਿੱਥੇ ਕੁਲਦੀਪ ਸਿੰਘ ਢਾਲੀਵਾਂ ਨੂੰ ਲੱਗਦਾ ਹੋਊਗਾ ਕਿ ਮੈਨੂੰ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਬੁਲਾ ਕੇ ਅਡਰੈਸ ਕਰਵਾਉਣਾ ਚਾਹੀਦਾ ਪਰ ਉਸ ਨਾਲ ਇਹ ਵੀ ਖੜੇ ਸਵਾਲ ਖੜੇ ਕਰਦੇ ਅੰਮ੍ਰਿਤਸਰ ਦੇ ਵਿੱਚ ਨਸ਼ਿਆਲਾ ਮਸਲਾ ਖੜਾ ਕਰਤਾ ਅੰਮ੍ਰਿਤਸਰ ਦੇ ਵਿੱਚ ਉਹ ਕਹਿ ਰਹੇ ਨੇ ਕਿ ਹਜੇ ਤੱਕ ਸਾਨੂੰ ਬੇਦਬੀ ਦਾ ਇਨਸਾਫ ਨਹੀਂ ਮਿਲਿਆ ਨਾ ਬਾਬਲ ਕਲਾ ਨਾ ਕੋਟਕਪੂਰਾ ਹਾਲਾਂਕਿ 24 ਘੰਟੇ ਦੇ ਵਿੱਚ ਅਰਵਿੰਦ ਕੇਜਰੀਵਾਲ ਕਹਿ ਕੇ ਗਏ ਸੀ ਕਹਿੰਦੇ ਉਲਟਾ ਮੇਰੇ ਖਿਲਾਫ ਜਿਹੜੇ 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 ਦੋਸ਼ੀਆਂ ਦੇ ਜਿਹੜੇ ਵਕੀਲ ਸੀ ਉਹ ਸਰਕਾਰ ਨੇ ਵਕੀਲ ਬਣਾ ਲਿਆਗੇ ਨੇ ਤੇ ਮੇਰੇ ਜਿਹੜਾ ਦਿਲ ਹਿਰਦੇ ਆ ਉਹਨੂੰ 6:00 ਵਜੇ ਹੀ ਆ ਗਈ ਹੈ ਔਰ ਇਸ ਮਸਲੇ ਦੇ ਕਹਿੰਦੇ ਕਿ ਮੈਂ ਸੀਐਮ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੋਰਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਮੇਰੀ ਕੋਈ ਨਹੀਂ ਸੁਣੀ ਹੈਗੀ ਔਰ ਦੂਜਾ ਕਹਿੰਦੇ ਮੇਰਾ ਅਜ ਤੱਕ ਹੋਲੀ ਵਾਲੇ ਦਿਨ ਤੋਂ ਲੈ ਕੇ ਹੁਣ ਤੱਕ ਜਿਹੜਾ ਵਟਸਐਪ ਨੰਬਰ ਬਲੌਕ ਕਰਵਾਇਆ ਗਿਆ ਹੈਗਾ ਇਹਦਾ ਮਤਲਬ ਕੁਮਰ ਵਿਜੇ ਪ੍ਰਤਾਪ ਦਾ ਡਰ ਕਿਸ ਨੂੰ ਆ ਇਹ ਵੀ ਇੱਕ ਆਪਣੇ ਆਪ ਚ ਸਵਾਲ ਆ ਤੇ ਜਿਨ੍ਹਾਂ ਤੇ ਉਹਨਾਂ ਨੇ ਇਲਜ਼ਾਮ ਲਗਾ ਦਿੱਤੇ ਦੇਖੋ ਇੱਕ ਆਫੀਸਰ ਰੇ ਨੇ ਇੱਕ ਐਮਐਲਏ ਨੇ ਇੱਕ ਬੰਦਾ ਝੂਠੇ ਨਹੀਂ ਬੋਲ ਸਕਦਾ ਬਿਨਾ ਤਸਵੀਰ ਨਹੀਂ ਬੋਲਦੇ ਹੋਣਗੇ ਸਬੂਤ ਤੇ ਹੋਣਗੇ ਇਨਫੋਰਮੇਸ਼ਨ ਸਾਰੀ ਹੋ ਗਈ ਤਾਂ ਹੀ ਉਹਨਾਂ ਨੇ ਇੱਕ ਭਰੀ ਪਬਲਿਕ ਮੀਟਿੰਗ ਦੇ ਵਿੱਚ ਇਹ ਜ਼ਿਕਰ ਕਰ ਦਿੱਤਾ ਜੋ ਅਖਬਾਰਾਂ ਦੀ ਸੁਰਖੀ ਬਣ ਗਿਆਗਾ ਜੀ ਅੱਜ ਵਾਲੀ ਜਿੱਥੇ ਚਰਚਾ ਚੱਲੀ ਹੋਈ ਆ ਅੱਜਕੱਲ ਉੱਥੇ ਨਾਲ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਥਾਪੜਾ ਦਿੱਤਾ ਆਪਣੇ 13 ਉਮੀਦਵਾਰਾਂ ਨੂੰ ਕਹਿੰਦੇ ਕਿ ਆ ਹੁਣ ਸਾਡੇ ਚਿਹਰੇ ਨੇ ਤੇ ਮੈਂ ਰੂਬਰੂ ਕਰਾਉਣ ਦੇ ਲਈ ਇਹ ਪ੍ਰੋਗਰਾਮ ਰੱਖਿਆ ਤੇ ਇਵੇਂ ਹੀ ਬਾਕੀ ਪਾਰਟੀਆਂ ਨੇ ਹੁਣ ਰੀਸ ਕਰਨੀ ਆ ਹਾਲਾਂਕਿ ਕੀ ਉਹਨਾਂ ਨੇ ਤਾਂ ਪੂਰੇ ਦੇ ਪੂਰੇ ਉਮੀਦਵਾਰ ਵੀ ਨਹੀਂ ਤਾਰੇ ਉਹਨਾਂ ਨੇ ਦੋ ਤਿੰਨ ਗੱਲਾਂ ਖਾਸ ਕੀਤੀਆਂ ਜਿਹੜੀਆਂ ਚੋਣਾਂ ਦੇ ਉੱਤੇ ਵੀ ਅਸਰ ਪਾਉਂਦੀਆਂ ਨਾਲੇ ਤਾਂ ਕਹਿੰਦੇ ਕਿ ਜਿਹੜਾ ਅਰਵਿੰਦ ਕੇਰੀਵਾਲ ਦੇ ਨਾਲ ਧੱਕਾ ਹੋਇਆ ਜਿੱਥੇ ਤੁਸੀਂ ਝਾੜੂ ਚਲਦਾ ਹੈ ਉੱਥੇ-ਉੱਥੇ ਉਹ ਘਬਰਾ ਜਾਂਦੇ ਆ ਨਾਲ ਪੰਜਾਬ ਦੇ ਪ੍ਰਸੰਗ 'ਚ ਕਹਿੰਦੇ ਕਿ ਮੈਂ ਤਿੰਨ ਤਿੰਨ ਚਾਰ ਚਾਰ ਗੇੜੇ ਲਾਉਣੇ ਆ ਹਰੇਕ ਹਲਕੇ 'ਚ ਮੇਰੀ ਗੱਡੀ ਫੁੱਲਾਂ ਨਾਲ ਲੱਦੀ ਜਾਂਦੀ ਹੈ ਮੇਰਾ ਵਿਰੋਧ ਨਹੀਂ ਹੁੰਦਾ ਬਾਕੀਆਂ ਦਾ ਇਸ ਕਰਕੇ ਹੁੰਦਾ ਕਿਉਂਕਿ ਉਹ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰਦੇ ਦੋਖੇ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਪਾਰਟੀ ਹਲੇ ਨਵੀਂ ਆ ਪਾਰਟੀ ਕੋਲ ਇੰ ਤੁਸੀਂ ਭਾਰਤੀ ਜਨਤਾ ਪਾਰਟੀ 'ਚ ਚਲੇ ਜੋ ਤੁਸੀਂ ਸ਼੍ਰੋਮਣੀ ਕਾਲੀ ਦਲ ਦੇਖ ਲਓ ਜਾਂ ਕਾਂਗਰਸ ਪਾਰਟੀ ਉਹਨਾਂ ਕੋਲ ਸਟਾਰ ਕੰਪੇਨਰ ਬਹੁਤ ਨਹੀਂ ਆਮ ਆਦੀ ਪਾਰਟੀ ਕੋ ਭਗਵੰਤ ਮਾਨ ਸਾਹਿਬ ਅਰਵਿੰਦ ਕੇਜਰੀਵਾਲ ਤੋਂ ਬਾਅਦ ਕਿਹੜਾ ਸਟਾਰ ਕੰਪੇਨਰ ਸੰਜੇ ਸਿੰਘ ਜੇਲ੍ਹ 'ਚ ਆ ਗਏ ਨੇ ਤਿੰਨ ਹੀ ਨੇ ਜੇਲ੍ਹ 'ਚੋਂ ਬਾਹਰ ਆ ਗਏ ਚੌਥਾ ਪੰਜਾਬ 'ਚ ਕੋਈ ਹੈਗਾ ਸਟਾਰ ਕੰਪੇਨਰ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਕਿ ਜਿਨ੍ਹਾਂ ਦੀਆਂ ਗੱਲਾਂ ਸੁਣ ਕੇ ਜਿਹੜਾ ਵੋਟਰ ਆ ਉਹ ਖੁਸ਼ ਹੋ ਜੇ ਹਨਾ ਉਹਨੂੰ ਭਰੋਸਾ ਹੋ ਜੇ 2017 ਦੇ ਵਿੱਚ ਵੀ ਭਗਵੰਤ ਮਾਨ ਸਾਹਿਬ ਜਦੋਂ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੇ 400 ਤੋਂ ਵੱਧ ਰੈਲੀਆਂ ਕੀਤੀਆਂ ਸੀ ਅੱਧੀ ਅੱਧੀ ਰਾਤ ਕੀਤੀਆਂ ਸੀ ਹਾਲਾਂਕਿ ਬੰਦੇ ਨੂੰ ਨੀਂਦਰਾ ਵੀ ਸੀ ਬੜੀ ਮਿਹਨਤ ਕੀਤੀ ਉਹ ਚੱਜ ਉਹਨਾਂ ਨੇ 2017 ਦੇ ਵਿੱਚ ਉਦੋਂ ਤੇ ਨਾਰਾ ਵੀ ਕਿ 100 ਸੀਟਾਂ ਪਾਰ ਰਣ ਚਲੋ ਠੀਕ ਹੋ 22 ਦੇ ਵਿੱਚ 100 ਦੇ ਨੇੜੇ ਪਹੁੰਚ ਗਏ ਭਗਵੰਤ ਮਾਨ ਸਾਹਿਬ ਤੋਂ ਇਲਾਵਾ ਆਮ ਆਦੀ ਪਾਰਟੀ ਕੋਈ ਸਟਾਰ ਕੰਪੇਨਰ ਨਹੀਂ ਆ ਜਿਹੜੇ ਸਟਾਰ ਕੰਪੇਨਰ ਉਹ ਦੇ ਕੁਮਾਰ ਵਿਸ਼ਵਾਸ ਵਰ ਉਹ ਪਾਰਟੀ ਚ ਉਹਨਾਂ ਨੇ ਬਾਹਰ ਕੱਢ ਦਿੱਤੇ ਕੇਜਰੀਵਾਲ ਸਾਹਿਬ ਜੇਲ੍ਹ ਦੇ ਵਿੱਚ ਆ ਮਨੀਸ਼ ਸੋਧਿਆ ਵੀ ਸਤਿੰਦਰ ਜੈਨ ਜਾਂ ਕੇਜਰੀਵਾਲ ਸਾਹਿਬ ਆ ਭਗਵੰਤ ਮਾਨ ਦੇ ਬਰਾਬਰ ਸਟਾਰ ਕੰਪੇਨਰ ਨਹੀਂ ਗਿਨੇ ਜਾ ਸਕਦੇ ਨਾ ਸਟਾਰ ਕੰਪੇਨਰ ਡਾਕਟਰ ਸੰਦੀਪ ਪਾਟਕ ਨੂੰ ਜੇ ਤੁਸੀਂ ਕਾਊਂਟ ਕਰ ਸਕਦੇ ਨਾ ਦੁਰਗੇਸ਼ ਪਾਟਕ ਨੂੰ ਨਾ ਤੁਸੀਂ ਰਾਗਵ ਚੱਡਾ ਨੂੰ ਸਟਾਰ ਕੰਪੇਨਰ ਹੋਈ ਆ ਤੇ ਇਸ ਕਰਕੇ ਪਾਰਟੀ ਨੇ ਇਹ ਡਿਸਾਈਡ ਕੀਤਾ ਕਿ ਚਾਹੇ ਦਿੱਲੀ ਹੋਵੇ ਚਾਹੇ ਅਸਮ ਹੋਵੇ ਚਾਹੇ ਗੁਜਰਾਤ ਹੋਵੇ ਚਾਹੇ ਪੰਜਾਬ ਹੋਵੇ ਸਟਾਰ ਕੰਪੇਨਰ ਹੀ ਭਗਵੰਤ ਮਾਨ ਔਰ ਭਗਵੰਤ ਮਾਨ ਸਾਹਿਬ ਇਸੇ ਕਰਕੇ ਕਹਿ ਰਹੇ ਨੇ ਮੈਂ ਇੱਕ ਕੀ ਦੋ ਨਹੀਂ ਚਾਰ ਚਾਰ ਗੇੜੇ ਵੀ ਲਾਵਾਂਗਾ ਕਿਉਂਕਿ ਇਹਨਾਂ ਤੋਂ ਬਿਨਾ ਆਮ ਆਦੀ ਪਾਰਟੀ ਦੀ ਗਤੀ ਨਹੀਂ ਹੋਣੀ ਲੋਕ ਹੀ ਇਹਨਾਂ ਨੂੰ ਸੁਣਨਾ ਚਾਹਣਗੇ ਭਰੋਸਾ ਨਾ ਤੇ ਪੰਜਾਬ ਦੀ ਜਨਤਾ ਕਿਸੇ ਵੀ ਮੰਤਰੀ ਜਾਂ ਆਮ ਆਦੀ ਪਾਰਟੀ ਦੇ ਐਮਐਲਏ ਤੇ ਨਹੀਂ ਕਰੇਗੀ ਭਰੋਸਾ ਕੇਵਲ ਤੇ ਕੇਵਲ ਮੁੱਖ ਮੰਤਰੀ ਤੇ ਕਰਦੇ ਕਿੰਨਾ ਕਰਦੇ ਨੇ ਉਹ ਲੋਕਾਂ ਤੇ ਨਿਰਭਰ ਕਰਦਾ ਹੁਣ ਸੰਜੇ ਸਿੰਘ ਨੂੰ ਕਿੰਨਾ ਕਿ ਲੋਕ ਸੁਣਨਗੇ ਕੇਜਰੀਵਾਲ ਸਾਹਿਬ ਜੀ ਕੇਜਰੀਵਾਲ ਸਾਹਿਬ ਜਦੋਂ ਬੋਲਦੇ ਆਗੇ ਨੇ ਅੱਧੀ ਦੁਨੀਆ ਤੇ ਉਦਾਂ ਹੀ ਉੱਠ ਕੇ ਚਲੇ ਜਾਂਦੀ ਹੈਗੀ ਕਿਉਂਕਿ ਪਹਿਲਾਂ ਭਗਵੰਤ ਮਾਨ ਸਾਹਿਬ ਬੋਲਦੇ ਨੇ 35 40 ਮਿੰਟ ਬੋਲਦੇ ਨੇ ਲੋਕਾਂ ਨੂੰ ਮਜ਼ਾ ਆਉਂਦਾ ਹੈਗਾ ਕਿਉਂਕਿ ਜਿਵੇਂ ਉਹਨਾਂ ਨੂੰ ਗੱਲਾਂ ਉਹਨਾਂ ਦੇ ਮੂੰਹੋਂ ਫੱਬਦੀਆਂ ਨੇ ਜਿਵੇਂ ਉਹ ਕਾਲੀਆਂ ਤੇ ਕਾਲੀਆਂ ਨੂੰ ਟੀਚਰਾਂ ਜਾਂ ਟਕੋਰਾਂ ਕਰਦੇ ਨੇ ਕਾਂਗਰਸ ਨੂੰ ਕਰਦੇ ਆਗੇ ਨੇ ਲੋਕਾਂ ਨੂੰ ਗੱਲਾਂ ਵੀ ਆ ਤੇ ਐਂਟਰਟੇਨਮੈਂਟ ਵੀ ਹੋ ਰਿਹਾ ਦੂਜੇ ਚ ਇੰਨੀ ਕਿਸੇ ਨੂੰ ਵੱਲ ਆਉਂਦੇ ਨਹੀਂ ਗੱਲ ਕਰਨਦੇ ਪੀ ਲੋਕੀ ਗੱਲਾਂ 'ਚ ਵੀ ਹੱਸੀ ਵੀ ਜਾਣ ਤੇ ਸੋਚਣ ਵਾਸਤੇ ਮਜਬੂਰ ਹੋਣਗੇ ਹਾਂ ਯਾਰ ਮੁੱਖ ਮੰਤਰੀ ਨੇ ਜੋ ਕੁਝ ਕਿਹਾ ਸਹੀ ਕਿਹਾ ਕਿ ਪੰਜਾਬ ਨੂੰ ਲੁੱਟ ਕੇ ਖਾ ਗੇ ਕੁੱਟ ਕੇ ਖਾ ਗੇ ਹੁਣ ਇਹਨਾਂ ਦਾ ਵੀ ਹਿਸਾਬ ਕਿਤਾਬ ਸਾਈਚੇ ਲੋਕੀ ਲੈਣਗੇ ਇਸ ਕਰਕੇ ਇਸ ਦੌਰਾਨ ਸੀਐਮ ਨੇ ਇੱਕ ਹੋਰ ਦਾਵਾ ਕੀਤਾ ਜਿਵੇਂ ਤਿੰਨ ਤਿੰਨ ਚਾਰ ਢੇੜਿਆਂ ਆਲਾ ਮੇਰੀ ਗੱਡੀ ਫਲਾਣਾ ਲੱਦੀ ਜਾਂਦੀ ਹੈ ਪਰ ਬਠਿੰਡਾ ਫਰੀਦਕੋਟ ਦੇ ਜਿਹੜੇ ਦੋ ਉਮੀਦਵਾਰ ਏ ਉਹਨਾਂ ਦਾ ਵੀ ਜਿਹੜਾ ਵਿਰੋਧ ਕਿਤੇ ਨਾ ਕਿਤੇ ਦੇਖਣ ਨੂੰ ਮਿਲਿਆ ਜਿਵੇਂ ਭਾਜਪਾ ਦੇ ਉਮੀਦਵਾਰਾਂ ਦਾ ਪਰ ਭਗਵੰਤਮਾਨ ਉਹਨਾਂ ਦੇ ਉਲਟ ਸੋਚ ਰਿਹਾ ਹੈ ਕਹਿੰਦੇ ਕਿ ਵਿਰੋਧ ਮੇਰਾ ਨਹੀਂ ਹੋਣਾ ਕਿਉਂਕਿ ਮੈਂ ਤੇ ਲੋਕਾਂ ਦੇ ਵਿੱਚ ਰਹਿਣਾ ਹੈ ਜਿੱਥੇ ਦਿਲ ਕਰੂਗਾ ਪੋਸਟਰ ਪੋਸਟਰ ਤੁਸੀਂ ਲਾ ਦਿਓ ਕਹਿੰਦੇ ਬਾਕੀ ਕੰਮ ਮੇਰਾ ਹੈ ਨਹੀਂ ਇਹ ਤਾਂ ਚਲੋ ਠੀਕ ਹੈ ਕਿ ਉਹਨਾਂ ਦਾ ਵਿਰੋਧ ਹੁੰਦਾ ਕਿ ਨਹੀਂ ਹੁੰਦਾ ਜੇ ਤੇ ਇੱਕ ਤਰੀਕ ਬੜਾ ਦੂਰ ਸਮਾਂ ਪੈ ਜਦੋਂ ਜਾਓਗੇ ਸ਼ਾਇਦ ਉਹ ਵੀ ਲੋਕ ਤੁਹਾਡਾ ਵੀ ਵਿਰੋਧ ਹੋ ਜੂਗਾ ਨਾ ਜੀ ਵਿਰੋਧ ਤੇ ਹੋਣਾ ਹੀ ਹੈ ਸਾਰਿਆਂ ਦਾ ਕਰਕੇ ਜੇ ਕਿਨੇ ਨਹੀਂ ਹੋਊਗਾ ਤੇ ਵੱਖਰੀ ਗੱਲ ਹੈ ਤਵਿਰੋਧ ਜੇ ਹੁੰਦਾ ਤੇ ਤੁਹਾਨੂੰ ਸਹਿਣਾ ਪੈਣਾ ਹੈ ਜੇ ਸਹਿਣਾ ਪੈਣਾ ਇਹਦਾ ਮਤਲਬ ਹੈ ਕਿ ਲੋਕ ਤੁਹਾਡੇ ਤੋਂ ਖੁਸ਼ ਨਹੀਂ ਆ ਹੁਣ ਉਹ ਕਹਿ ਰਹੇ ਕਿ ਥੱਲੜ ਲਿਆ ਤੂੰ ਹੀ ਸਾਬ ਲੋ ਬਾਕੀਆਂ ਨੂੰ ਤਾਂ ਮੈਂ ਨਹੀਂ ਬੋਲਣ ਦੇਣਾ ਹੈ ਕੱਲਾ ਹੀ ਕੱਲਾ ਹੀ ਕਬੱਡੀ ਆ ਉਹ ਪਤਾ ਨਹੀਂ ਕਿ ਗੱਲਾਂ ਦੇ ਵਿੱਚ ਖੜਾ ਰਹੀ ਨੇ ਗੱਲਾਂ ਦੇ ਵਿੱਚ ਤੇ ਕੋਈ ਵੀ ਇਹਨਾਂ ਨੂੰ ਸੀਐਮ ਸਾਹਿਬ ਨੂੰ ਹਰਾ ਨਹੀਂ ਸਕਦਾ ਜਿਵੇਂ ਇਹਨਾਂ ਨੂੰ ਗੱਲਾਂ ਆਉਂਦੀਆਂ ਕਿਉਂਕਿ ਬੇਸਿਕਲੀ ਤਾਂ ਐਕਸਪਰਟ ਨੇ ਉਹ ਕਲਾਕਾਰ ਨੇ ਔਰ ਇਸ ਮਸਲੇ ਦੇ ਵਿੱਚ ਉਹਨਾਂ ਦੀ ਇੱਕ ਕਲਾ ਵਾ ਤੇ ਕਲਾ ਦੇ ਨਾਲ ਉਹ ਲੋਕਾਂ ਨੂੰ ਕਿਵੇਂ ਕੀਲਦੇ ਨੇ ਵੋਟਰਾਂ ਨੂੰ ਕਿਵੇਂ ਕੀਲਦੇ ਨੇ ਤੇ ਵਿਰੋਧੀਆਂ ਨੂੰ ਕਿਵੇਂ ਝੰਬਦੇ ਆਗੇ ਨੇ ਇਹਦਾ ਤਾਂ ਕੋਈ ਤੋੜ ਨਹੀਂ ਹੈਗਾ ਪੰਜਾਬ ਦਾ ਕਿਹੜਾ ਲੀਡਰ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰ ਸਕਦੇ ਨੇ ਹਾਂ ਹੋਰ ਵੀ ਕਾਲੀ ਦਲ ਕੋ ਵੀ ਇੱਕ ਦਾ ਕਾਂਗਰਸ ਕੋ ਵੀ ਆ ਪਰ ਜਿਵੇਂ ਇਹ ਉਹ ਗੱਲਾਂ ਕਰਦੇ ਨੇ ਜਿਵੇਂ ਟੋਟ ਕੇ ਸੁਣਾਉਂਦੇ ਨੇ ਉਹ ਹੈ ਇੱਕ ਕਲਾ ਹੈ ਇਸ ਕਲਾ ਦੇ ਵਿੱਚ ਤੇ ਕੋਈ ਇਹਨਾਂ ਦਾ ਮੁਕਾਬਲਾ ਨਹੀਂ ਪਰ ਸਵਾਲ ਹੈ ਕਿ ਤੁਹਾਡੀ ਗੱਡੀ ਫੁੱਲਾਂ ਦੇ ਨਾਲ ਲੱਦੀ ਜਾਂਦੀ ਜਾਂ ਲੋਕਾਂ ਦਾ ਵਿਰੋਧ ਹੋ ਰਿਹਾ ਵਿਰੋਧ ਤੇ ਤੁਹਾਡਾ ਵੀ ਬਹੁਤ ਹੋ ਗਿਆ ਨਾ ਕਿਸੇ ਲੀਡਰ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਦਾ ਹੋ ਗਿਆ ਕਰਮਜੀਤ ਅਨਮੋਲ ਸਾਹਿਬ ਦਾ ਹੋ ਗਿਆ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਦਾ ਹੋ ਗਿਆ ਮਾਸਟਰ ਜਕਸੀਰ ਸਾਹਿਬ ਦਾ ਵੀ ਹੋ ਗਿਆ ਚਲੋ ਇੱਕ ਐਮਐਲਏ ਨੇ ਪਰ ਵਿਰੋਧ ਤੇ ਤੁਹਾਡੇ ਵੀ ਹੋ ਰਹੇ ਨਾ ਨਾ ਤੇ ਜੇ ਜੇ ਵਿਰੋਧ ਨਹੀਂ ਹੋ ਰਿਹਾ ਤੁਹਾਡੇ ਵਾਸਤੇ ਕੋਈ ਮਾਨ ਸਨਮਾਨ ਵਾਲੀ ਗੱਲ ਨਹੀਂ ਹੈਗੀ ਵਿਰੋਧ ਹੋ ਰਿਹਾ ਉਹਨੂੰ ਸੋਚਣ ਵਾਲੀ ਗੱਲ ਹੈ ਹੁਣ ਪਰ ਇਹਨੇ ਨਾਲ ਇਹ ਕਹਿ ਦਿੱਤਾ ਕਿ ਜਿਵੇਂ ਪਹਿਲਾਂ ਕਹਿੰਦੇ ਸੀ ਕਿ ਕੱਲੀ ਵੀ ਕਾਂਗਰਸ ਵੀ ਕਰਦੇ ਰਹੇਗੇ ਨੇ ਵੀ ਜੇ ਤੁਹਾਡੇ ਹਲਕੇ ਚ ਹਾਰ ਗਏ ਤੁਹਾਡੀ ਗੱਲ ਟਿਕਟ ਕੱਟੀ ਜਾਣੀ ਹੈਗੀਆ ਇਹਨਾਂ ਨੇ ਵੀ ਇਸ਼ਾਰਾ ਕਰ ਹੀ ਦਿੱਤਾ ਹੈਗਾ ਉਹ ਕਹਿ ਰਹੇ ਨੇ ਕਿ ਜਿਹੜੀਆਂ ਗੱਲਾਂ ਦੇ ਕਹਿਣ ਵਾਲੀਆਂ ਉਹ ਟੀਵੀ ਤੇ ਦਿਖਾਤੀਆਂ ਹੋ ਸਕਦਾ ਹੈ ਕਿ ਬਾਅਦ ਵਿੱਚ ਬੰਦ ਕਮਰੇ ਚ ਇੱਕ ਵੱਖਰੀ ਮੀਟਿੰਗ ਹੋਵੇ ਪਰ ਨਾਲ ਦੀ ਨਾਲ ਉਹਨਾਂ ਕਹਿੰਦਾ ਹੈ ਕਿ ਸਰਕਾਰਾਂ ਕੋਲੋਂ ਉਹਦੇ ਨਹੀਂ ਮੁੱਕਦੇ ਬੰਦੇ ਮੁੱਕ ਜਾਂਦੇ ਨੇ ਆ ਜਿਹੜਾ ਵਰਕਰ ਵਲੰਟੀਅਰ ਬੁਲਾਏ ਨੇ ਉਹਨਾਂ ਨੂੰ ਥਾਪੜਾ ਦੇ ਦਿੱਤਾ ਹੈਗਾ ਕਿ ਐਵੇਂ ਨਾ ਕਿਤੇ ਦਿਲ ਠੰਡਾ ਹੌਲਾ ਕਰਕੇ ਬੈਠ ਜਾਓ ਹਜੇ ਆਪਣੀ 3 ਮਹੀਨੇ ਦੀ ਸਰਕਾਰ ਪਈ ਹੈਗੀ ਬਥੇਰੇ ਮੈਂਬਰ ਡਾਇਰੈਕਟਰ ਲਾ ਦਾਂਗੇ ਬਥੇਰੀਆਂ ਚੇਅਰਮੈਨੀਆਂ ਨੇ ਪਹਿਲਾਂ ਚੇਅਰਮੈਨ ਫਿਰ ਸੀਨੀਅਰ ਵਾਈਸ ਚੇਅਰਮੈਨ ਫਿਰ ਵਾਈਸ ਚੇਅਰਮੈਨ ਫਿਰ 20-25 ਡਾਇਰੈਕਟਰ ਮਤਲਬ ਇਹ ਰੇੜੀਆਂ ਐਵੇਂ ਵੰਡੀਆਂ ਇਸ ਸਰਕਾਰ ਨੇ ਵੀ ਨਾ ਜੀ ਕਮਾਲ ਕੀਤੀ ਹੋਈ ਆ ਤੇ ਉਹ ਹੁਣ ਸਾਰਿਆਂ ਨੂੰ ਭਰੋਸਾ ਹੈਗਾ ਹੁਣ ਸਾਰਿਆਂ ਦਾ ਯੋਗ ਲੱਗੂਗਾ ਕਈਆਂ ਨੇ ਹਲੇ ਬਲਾਕ ਸੰਮਤੀ ਲੜਨੀ ਜਿਲ੍ਹਾ ਪ੍ਰੀਸ਼ਦ ਦੇ ਲੜਨੀ ਆ ਸਰਪੰਚੀ ਲੜਨੀ ਆ ਥਾਪੜਾ ਦੇ ਕੇ ਕਿ ਖਿੱਚ ਕੇ ਰੱਖੋ ਕਮਾਪਾ 13 ਦੇ 13 ਜਿੱਤਣੀ ਉਹਦੇ ਇੱਕ ਚਾਰ ਸਰੀਰ ਨੂੰ ਪਤਾ ਲੱਗੂਗਾ ਕਿ ਕਿਹਦੀਆਂ 13 ਚ ਕਿੰਨੀਆਂ ਘਟਦੀਆਂ ਕਿੰਨੀਆਂ ਵੱਧਦੀਆਂ ਆਈਆਂ ਪਰ ਨਾਲ ਦੇ ਨਾਲ ਵਰਕਰਾਂ ਨੂੰ ਥਾਪੜਾ ਦੇਦਾ ਕਿ ਤਕੜੇ ਹੋ ਜੋ ਜਤਾਦ ਹੋ 13 ਦੀਆਂ 13 ਕਿਉਂਕਿ ਉਹ ਉਹਨਾਂ ਦੇ ਜਿਹੜੇ ਖਾਸ ਦੋਸਤ ਨੇ ਉਹ ਵੀ ਤਾਂ ਉਹੀ ਭਾਸ਼ਾ ਬੋਲ ਗਏ ਕਰਮਜੀਤ ਅਨਮੋਲ ਕਿ ਅਰਕੇ ਪੰਜਾਬ ਦੀ ਤਾਂ ਇੱਕ ਭਗਵੰਤ ਮਾਨ ਨਹੀਂ ਭੇਜਣਗੇ 13 ਭੇਜਣਗੇ ਕਿਉਂਕਿ ਜਿਹੜੇ ਸਾਰੀਆਂ ਜਿਹੜੀਆਂ ਬਿਆਨ ਹੁੰਦੇ ਜਜ਼ਬਾਤੀ ਹੁੰਦੇ ਨੇ ਪਰ ਜਿਹੜਾ ਥਾਪੜਾ ਦਿੱਤਾ ਹੈਗਾ ਉਹ ਥਾਪੜੇ ਦੇ ਲੋਕੀ ਕਿਉਂ ਕਿਉਂਕਿ ਵਰਕਰ ਕੀ ਚਾਹੁੰਦੇ ਹੁੰਦੇ ਕੰਮ ਕੰਮ ਲੀਡਰਾਂ ਦੇ ਹੋ ਨਹੀਂ ਰਹੇਗੇ ਕਿਉਂਕਿ ਧੜੇ ਇੰਨੇ ਜਿਆਦੇ ਨੇ ਜਿਹੜੇ ਕੱਲ ਮਾਸਟਰ ਵਾਲਵਾਲ ਬੱਚੇ ਕਹਿੰਦੇ ਕਿ ਜਿਹੜੀਆਂ ਗੋਲੀਆਂ ਚੱਲੀਆਂ ਆਈਆਂ ਨੇ ਮਾਰਨੀ ਤੇ ਕਿਸੇ ਹੋਰ ਦੇ ਹੀ ਐਮਸੀ ਦੇ ਤੇ ਐਮਐਲਏ ਦੇ ਲਾਗੋਂ ਦੀ ਕਹਿੰਦੇ ਬੜੇ ਨੈਰੋ ਐਸਕੇਪ ਸੀ ਕੱਲ ਸੀਨ ਤੇ ਕਹਰੇ ਕਿ ਉਹ ਜਿਹੜੇ ਐਮਐਲਏ ਨੇ ਮਾਸਟਰ ਜਖਸੀਰ ਸਿੰਘ ਨਾ ਉਹਦੀ ਕਿਸੇ ਨੇ ਡੀਐਸਪੀ ਨੇ ਸੁਣੀ ਨਾ ਐਸਐਸਪੀ ਨੇ ਸੁਣੀ ਨਾ ਉੱਪਰਲੇ ਆਲੇ ਨੇ ਸੁਣੀ ਕਿਉਂਕਿ ਕਹਿੰਦੇ ਬੰਦਾ ਹੀ ਉਹ ਆ ਜਿਹੜੀ ਅੱਜ ਕੱਲ ਪੰਜਾਬ ਚੋਂ ਗਾਇਬ ਆ ਦਿੱਲੀ ਚੋਂ ਗਾਇਬ ਆ ਇਹ ਵੀ ਇੱਕ ਧੜਾ ਨਾ ਤੇ ਉਹ ਜਿਹੜੇ ਹੁਣ ਜਿਹੜੇ ਉਸ ਹਲਕੇ ਦੇ ਲੋਕ ਨੇ ਉਹ ਕਹਿਣਗੇ ਯਾਰ ਸਾਡੇ ਐਮਐਲਏ ਦੀ ਸੁਣੀ ਗਈ ਸਾਡੇ ਐਮਐਲਏ ਤੇ ਕਹਿਣ ਤੇ ਉਹ ਇਲਾਕੇ ਦਾ ਐਸਐਚਓ ਨਹੀਂ ਬਦਲਿਆ ਡੀਐਸਪੀ ਤੇ ਨਹੀਂ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਇਹਦੇ ਕੀ ਪੱਲੇ ਹੈਗਾ ਤੇ ਫਿਰ ਵਰਕਰ ਕਿਵੇਂ ਜੋੜਨਗੇ ਵਰਕਰ ਕਿਸੇ ਵੀ ਪਾਰਟੀ ਦਾ ਤਾਂ ਹੀ ਜੀਉਂਦਾ ਰਹਿੰਦਾ ਜੇ ਪਾਰਟੀ ਜੀਉਂਦੀ ਆ ਪਾਰਟੀ ਜੁੰਦੀ ਹੈ ਵਰਕਰਾਂ ਦੇ ਨਾਲ ਤੇ ਵਰਕਰ ਚਾਹੁੰਦੇ ਸਾਡੇ ਕੰਮ ਹੋਣ ਇਹ ਨਹੀਂ ਕਿ ਸਾਰੇ ਮਾੜੇ ਕੰਮ ਲੈ ਕੇ ਤੁਰੇ ਫਿਰਦੇ ਨੇ ਫਿਰ ਸਾਡੇ ਥਾਣੇ ਕਿਹੜੀ ਲੋਡ ਪੈ ਗਈ ਹਾਂ ਯਾਰ ਬੰਦਾ ਫਲਾਨੀ ਪਾਰਟੀ ਸਰਕਾਰ ਚ ਸੁਣੀ ਜਿੰਦੀ ਚੱਲ ਐ ਐਸਐਚਓ ਨੂੰ ਜਾਂ ਤਹਿਸੀਲਦਾਰ ਨੂੰ ਜਾਂ ਬੀਡੀਪੀ ਨੂੰ ਸਾਰੀ ਦੁਨੀਆ ਦੋ ਨੰਬਰ ਤੇ ਕੰਮ ਨਹੀਂ ਕਰਾਉਂਦੀ ਕਈ ਵੈਸੇ ਆਪਣੇ ਪੰਜਾਬੀਆਂ ਦੇ ਸੁਭਾਗ ਹੈ ਕਿ ਮੋਢੇ ਤੇ ਫਤੂਰ ਜਾਂ ਹੁੰਦਾ ਕਿ ਮੇਰੀ ਜ਼ਿਆਦਾ ਸੁਣੀ ਜਾਂਦੀ ਤੁਹਾਡੀ ਘੱਟ ਸੁਣੀ ਜਾਂਦੀ ਜਦ ਵਰਕਰਾਂ ਦੀ ਸੁਣਵਾਈ ਨਹੀਂ ਹੈ ਤੁਹਾਡੇ ਐਮਐਲਏ ਕੱਲ ਚੀਕਾਂ ਮਾਰਦਾ ਰਿਹਾ ਹਾਲਾਂਕਿ ਉਹ ਵੀ ਇੱਕ ਆਪਣੇ ਆਪ ਚ ਇੱਕ ਕਹਾਣੀ ਆ ਕਿ ਪਹਿਲਾਂ ਟਰੱਕ ਜੂਨੀਅਨ ਤੇ ਕਬਜ਼ਾ ਕਰਵਾਇਆ ਗਿਆ ਫਿਰ ਉਹ ਗੁੰਡਾਗਰਦੀ ਦਿਖਾਉਣ ਲੱਗਿਆ ਬੰਦਾ ਕਿਉਂਕਿ ਕਹਿੰਦੇ ਕਿ ਐਮਐਲਏ ਦੇ ਕਿਸੇ ਖਾਸ ਦੇ ਨਾਲ ਇਕੱਠੇ ਪੜਦੇ ਰਹੇ ਸੀ ਦੋਨੇ ਪੜਦੇ ਰਹੇ ਨੇ ਯਾਰੀ ਪੈ ਗਈ ਉਹ ਵੀ ਬਾਪੂ ਕਹਿਣ ਲੱਪੇ ਠੀਕ ਹੈ ਫਿਰ ਵਿਰੋਧ ਆ ਫਿਰ ਇਹਨੇ ਚਾਰ ਹਟਾ ਕੇ ਇੱਕ ਆਪਣਾ ਬੰਦਾ ਲਾ ਲਿਆ ਹੈਗਾ ਫਿਰ ਉਹ ਟੈਂਡਰ ਅਲਰਟ ਹੋਣੇ ਸੀ ਲਿਫਟਿੰਗ ਦੇ ਲਿਫਟਿੰਗ ਚ ਉਹ ਫਿਰ ਦਾ ਮਾਰ ਗਿਆ ਫਿਰ ਫੋਨ ਕਰ ਦਿੱਤੇਗੇ ਨੇ ਕਿ ਇਹਨਾਂ ਨੂੰ ਗੱਡੀਆਂ ਨਾ ਪ੍ਰੋਵਾਈਡ ਕਰਵਾਈਆਂ ਜਾਵੇ ਫਿਰ ਕੋਈ ਵਿੱਚ ਕਾਉਂਸਲਰ ਆ ਗਿਆ ਉਹ ਲੜਾਈ ਝਗੜਾ ਸੀ ਪੈਸੇ ਦਾ ਸੀ ਕਲ ਅਸਲ ਜਿਹੜਾ 2-3 ਤੋਂ ਸੌਬਦਾ ਚੱਲਦਾ ਹੈਗਾ ਉਹ ਹਾਰ ਕੇ ਉਹਨਾਂ ਦੀ ਕਿਉਂਕਿ ਪੁਲਿਸ ਵਾਲ ਜਿਵੇਂ ਐਮਐਲਏ ਕਹਿ ਰਿਹਾ ਕਿ ਪੁਲਿਸ ਵਾਲਿਆਂ ਨੇ ਪੈਸੇ ਮੋਟੇ ਲਏ ਨੇ ਉਹਨਾਂ ਨੇ ਕਿਹਾ ਕਿ ਪੁਲਿਸ ਸਾਡੇ ਨਾਲ ਉਹ ਜਾ ਕੇ ਘਰ ਜਾ ਕੇ ਉਹਨੂੰ ਜਿੰਨੇ ਟੈਂਡਰ ਕੀਤੇ ਉਹਨੂੰ ਧਮਕੀ ਵੀ ਦੇ ਐ ਅਗਲੇ ਦਿਨ ਪੰਚਾਇਤ ਉਹਨਾਂ ਗੋਲੀਆਂ ਵਿਚਾਲਾ ਦਿੱਤੀਆਂ ਆਈਆਂ ਹੁਣ ਉਹ ਜਦੋਂ ਵਰਕਰ ਉਥੇ ਉਹ ਵਰਕਰ ਸਿਰ ਪੁੱਚੋ ਮੰਡੀ ਦੇ ਨਹੀਂ ਆ ਉਹ ਸਾਰੇ ਪੰਜਾਬ ਤੇ ਮੈਸੇਜ ਚੱਲ ਗਿਆ ਕਿ ਜੇ ਇਹਨਾਂ ਦੇ ਐਮਐਲਏ ਦੀ ਇਹ ਦੁਰਗੱਤਾਂ ਹੋ ਰਹੀ ਆ ਇਹਨਾਂ ਦੇ ਇਹ ਹਾਲਾਤ ਨੇ ਤੇ ਫਿਰ ਵਰਕਰ ਕਿਵੇਂ ਜਾਊਗਾ ਇਸੇ ਕਰਕੇ ਸਵਾਲ ਆ ਆਮ ਆਦੀ ਪਾਰਟੀ ਦਾ ਕਿ ਅੱਜ ਮੁੱਖ ਮੰਤਰੀ ਕਹੇ ਤਾਂ ਕਿ ਜੀਂਦੇ ਰੋ ਤਗੜੇ ਹੋ ਜੋ ਆਪਾਂ ਵੰਡ ਦਾਂਗੇ ਕੁਰਸੀਆਂ ਆਪਣੇ ਕੋਲ ਬਹੁਤ ਆ ਬੰਦੇ ਭਾਵੇਂ ਘਟ ਜਾਣਗੇ ਤੇ ਇਹ ਹੁਣ ਲੋਕੀ ਆਮ ਆਦੀ ਪਾਰਟੀ ਜਿਹਨੇ ਪਿੰਡਾਂ 'ਚ ਵਰਕਰ ਬੈਠੇ ਨੇ ਕਿਉਂਕਿ VOTER ਨੂੰ ਕਿੱਥੋਂ ਕਰਨਾ ਇੱਕ ਤੇ ਸਭ ਤੋਂ ਵੱਡਿਆ ਕਿ 1 ਜੂਨ ਨੂੰ ਵੋਟਾਂ ਪੈਣੀਆਂ ਜੀ ਪਿੰਡਾਂ ਵਾਲੇ ਤੇ ਨਿਕਲ ਆਉਣਗੇ ਪਰ ਉਹਨਾਂ ਦਿਨਾਂ ਦੇ ਵਿੱਚ ਸੰਦੀਪ ਕਿੰਨੀ ਗਰਮੀ ਹੋਗੀ ਅੱਤ ਦੀ ਗਰਮੀ ਹੋਗੀ ਤੇ ਲੋਕੀ ਲਾਈਨਾਂ 'ਚ ਕਿੰਨੇ ਕੀ ਲੱਗਦੇ ਆਗੇ ਨੇ ਕਿੰਨੇ ਕੀ ਵੋਟ ਪਰਸੈਂਟੇਜ ਪੈਂਦੀ ਆਗੀ ਆ ਪਿੰਡਾਂ ਵਾਲਾ ਤੇ ਫਿਰ ਵੀ ਸਕੂਲਾਂ ਦੇ ਵਿੱਚ ਕੋਈ ਨਾ ਕੋਈ ਦਰਖਤ ਬੋਰਡ ਪਿੱਪਲ ਲੱਗਾ ਹੁੰਦਾ ਸ਼ਹਿਰਾਂ ਦੇ ਵਿੱਚ ਲੋਕਾਂ ਦਾ ਬੜਾ ਔਖਾ ਹੋ ਜਾਣਾ ਹੈਗਾ ਇਹ ਵੀ ਬੜਾ ਜਿਆਦਾ ਨੁਕਸਾਨ ਹੋਣਾ ਹੈਗਾ ਪਰ ਹੁਣ ਮੁੱਖ ਮੰਤਰੀ ਨੇ ਆ ਜਿਹੜਾ ਉਹਨਾਂ ਨੂੰ ਗੋਣ ਵੰਡੇ ਨੇ ਨੈਤਿਕਤਾ ਦਾ ਪਾਠ ਪੜਾਇਆ ਜਾਂ ਕਿਹਦੇ ਅਰਵਿੰਦ ਕੇਰਵੀ ਵਾਲਾ ਸਾਡੇ ਨਾਲ ਧੱਕਾ ਹੋ ਗਿਆ ਉਹ ਸਾਰੀਆਂ ਚੀਜ਼ਾਂ ਵਾ ਵਰਕਰਾਂ ਨੂੰ ਤਾਂ ਪਹਿਲਾਂ ਹੀ ਪਤਾ ਧੱਕਾ ਕਿੰਨਾ ਕੀ ਹੋਇਆ ਕਿੰਨਾ ਕੀ ਨਹੀਂ ਹੋਇਆ ਪਰ ਇੱਕ ਠੀਕ ਹੈ ਕਿ ਇੱਕ ਆਪਣੇ ਵਰਕਰਾਂ ਨੂੰ ਲਾਮਬੰਦ ਕਰਨ ਵਾਸਤੇ ਇੱਕ ਵਧੀਆ ਮੀਟਿੰਗ ਹੋ ਗਈ ਹੈ ਔਰ ਬਾਕੀ ਦੇ ਸਾਰਿਆਂ ਨੂੰ ਤਾਂ ਪਤਾ ਹੀ ਹੈ ਭਗਵੰਤ ਸਿੰਘ ਸਾਹਿਬ ਪਾਸ਼ੰਤ ਉਹਨਾਂ ਦਾ ਉਹੀ ਆ ਨਵੀਂ ਗੱਲ ਹੈ ਨਹੀਂ ਲੇਕਿਨ ਇੱਕ ਵਰਕਰ ਜਿਹੜੇ ਆਏ ਨੇ ਐਮਐਲਏ ਉਹਨਾਂ ਨੂੰ ਇੱਕ ਇਸੇ ਮੌਕੇ ਚਾਹ ਪੀਂਦਾ ਬਹਾਨਾ ਗੱਲਬਾਤ ਕਰਨ ਦਾ ਤਰੀਕਾ ਗੱਲਬਾਤ ਕਰਨ ਦਾ ਮੌਕਾ ਮਿਲ ਗਿਆ ਇਦਾਂ ਜਿਹੜੀਆਂ ਪਾਰਟੀਆਂ ਜਿਹੜੇ ਵਰਕਰ ਨੇ ਉਹਨਾਂ ਨੂੰ ਦਾ ਹਾਂ ਯਾਰ ਅਸੀਂ ਮੁੱਖ ਮੰਤਰੀ ਨੂੰ ਮਿਲੇ ਹੁਣ ਆਪਾਂ ਵੇਖੀ ਨੇ ਨੀਰੀ ਲੈ ਦਾਂਗੇ ਇੱਕ ਹੌਸਲਾ ਹੁੰਦਾ ਬੰਦੇ ਦਾ ਉਹ ਅੱਜ ਹੌਸਲਾ ਦਿੱਤਾ ਮੁੱਖ ਮੰਤਰੀ ਨੇ ਹਾਂ ਇੱਕ ਜਿੱਥੇ ਤੀਜਾ ਮਸਲਾ ਇੰਪੋਰਟੈਂਟ ਇਸ ਕਰਕੇ ਬਣ ਜਾਂਦਾ ਕਿਉਂਕਿ ਕਈ ਥਾਵਾਂ ਤੇ ਕਾਰਵਾਈਆਂ ਹਿੰਸਕ ਰੂਪ ਧਾਰ ਰਹੀਆਂ ਹਾਲਾਂਕਿ ਕਿਸਾਨ ਤਾਂ ਸ਼ਾਂਤਮਈ ਜਾ ਕੇ ਵਿਰੋਧ ਕਰਦੇ ਆ ਅੱਗੋਂ ਸਵਾਲ ਕਰਦੇ ਆ ਲੀਡਰਾਂ ਨੂੰ ਖਾਸ ਕਰਕੇ ਬੀਜੇਪੀ ਦੇ ਪੋਸਟਰ ਵੀ ਲੱਗੇ ਆ ਕਿਉਂਕਿ ਬੀਜੇਪੀ ਤੋਂ ਕਿਸਾਨ ਕਿੰਨਾ ਖਫਾ ਕਿਉਂ ਖਫਾ ਸਾਰੇ ਜਾਣਦੇ ਆ ਪਰ ਜਿੱਥੇ ਇਟਾਂ ਰੋੜੇ ਚੱਲ ਜਾਣ ਔਰ ਦੋਨੋਂ ਧਿਰਾਂ ਵਾਲੇ ਪਾਸਿਓ ਕੋਈ ਨਾ ਕੋਈ ਅਣਬਣ ਹੋ ਜਾਵੇ ਇਹ ਕਿਉਂ ਹੋ ਰਹੀ ਆ ਕਿਵੇਂ ਹੋ ਰਹੀ ਆ ਇਸ ਦੇ ਪਿੱਛੇ ਕੌਣ ਹੋ ਸਕਦਾ ਕਿਉ ਕਰਕੇ ਹੰਸਰਾਜ ਹੰਸ ਸਾਹਿਬ ਦੇ ਉਹ ਨਮਾਣੇ ਜੇ ਬਣੇ ਫਿਰਦੇ ਆ ਕਹਿੰਦੇ ਮੈਨੂੰ ਗਾਲ੍ਹਾਂ ਕੱਢੀ ਜਾਂਦੇ ਹੋ ਮੈਂ ਕੀ ਕਰਾਂ ਮੈਂ ਤੇ ਨਮਾਣਾ ਜੇ ਮੈਂ ਪਿੱਠ ਨਹੀਂ ਦਿਖਾਉਂਦਾ ਮੈਂ ਤੁਹਾਡੇ ਨਾਲ ਖੜਾ ਇੱਕ ਪਾਸੇ ਉਹ ਗੁਫ਼ਤਗੂ ਹੈ ਦੂਜੇ ਪਾਸੇ ਜਿੱਥੇ ਜਿੱਥੇ ਇੱਟਾਂ ਰੋੜੇ ਚੱਲ ਜਾਂਦੇ ਆ ਇਹ ਕੌਣ ਪਿੱਛੇ ਲੱਗਿਆ ਹੋਇਆ ਤੇ ਕੀ ਮੈਸੇਜ ਦੇਣਾ ਚਾਹੁੰਦਾ ਹੈ ਪੂਰੇ ਇੰਡੀਆ ਦੇ ਵਿੱਚ ਕਿ ਪੰਜਾਬ ਦੇ ਵਿੱਚ ਆਕੂ ਚੱਲ ਰਿਹਾ ਮੈਨੂੰ ਇਹ ਲੱਗਦਾ ਹੈ ਕਿ ਬੜੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਬੀਜੇਪੀ ਵਰਕ ਲੀਡਰਾਂ ਦਾ ਉਮੀਦਵਾਰਾਂ ਦਾ ਵਿਰੋਧ ਕਰਵਾਇਆ ਜਾ ਰਿਹਾ ਹੈਗਾ ਇੱਕ ਵੋਟਰਾਂ ਦਾ ਧਰੂਵਿਕਨ ਕੀਤਾ ਜਾ ਰਿਹਾ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ ਉਹਦੇ ਚ ਕਿਸਾਨ ਬੰਦੇ ਕਿਸਾਨ ਜੱਥੇਬੰਦੀਆਂ ਜਾਂ ਟਰੈਪ ਦੇ ਵਿੱਚ ਆਈਆਂ ਹੋਈਆਂ ਨੇ ਜਾਂ ਜਾਣ ਕੇ ਬੀਜਪੀ ਦੇ ਵਾਸਤੇ ਕੰਮ ਕਰ ਰਹੀਆਂ ਹੈਗੀਆਂ ਨੇ ਦੇਖੋ ਜੇ ਤੁਹਾਨੂੰ ਪ੍ਰੋਟੈਸਟ ਕਰਨ ਦਾ ਤਰੀਕਾ ਠੀਕ ਹੈ ਸੈਂਟਰ ਸਰਕਾਰ ਨੇ ਤੁਹਾਡੇ ਨਾਲ ਧੱਕਾ ਕੀਤਾ ਧੱਕੇ ਦਾ ਜਵਾਬ ਧੱਕੇ ਨਾਲ ਕਿਵੇਂ ਦੇ ਸਕਦੇ ਵੋਟ ਦੀ ਚੋਟ ਦੇ ਨਾਲ ਤੁਸੀਂ ਜੇ ਅਗਰ ਵਿਰੋਧ ਕਰੋਗੇ ਗੱਡੀਆਂ ਦੇ ਪਿੱਛੇ ਭੇਜੋਗੇ ਨਹੀਂ ਉਹਨਾਂ ਦਾ ਵੋਟਾਂ ਮੰਗਣ ਦਾ ਰਾਈਟ ਹੈ ਤੁਸੀਂ ਵੋਟ ਪਾਉਣੀ ਨਹੀਂ ਪਾਉਣੀ ਇਹ ਤੁਹਾਡੇ ਤੇ ਨਿਰਭਰ ਕਰਦਾ ਕੋਈ ਤੁਹਾਡੇ ਧੌਣ ਤੇ ਗੋਡਾ ਤੇ ਨਹੀਂ ਰੱਖ ਕੇ ਗਰ ਪਰ ਉਹ ਬੀਜੇਪੀ ਨੂੰ ਇਹਦਾ ਫਾਇਦਾ ਹੋ ਰਿਹਾ ਹੋਏਗਾ ਪੰਜਾਬ ਚ ਹੋਏਗਾ ਹਰਿਆਣੇ ਚ ਹੋਏਗਾ ਬਾਕੀ ਸਟੇਟਾਂ ਦੇ ਵਿੱਚ ਹੋਏਗਾ ਕਿਉਂਕਿ ਬੀਜੇਪੀ ਇਸ ਅਜਿਹੀ ਖੇਡ ਨੂੰ ਲੈ ਕੇ ਜਦੋਂ ਖੇਡ ਰੱਚਦੀ ਨਾ ਉਹ ਮਾਸਟਰ ਮਾਈਂਡ ਆ ਉਹਨਾਂ ਦਾ ਕੋਈ ਮੁਕਾਬਲਾ ਨਹੀਂ ਆ ਉਹ ਇਸ ਅਜਿਹੀ ਸਿਆਸਤ ਦੀ ਪਿਓ ਪਾਰਟੀ ਹੈਗੀ ਆ ਉਹਦਾ ਉਹਦਾ ਜਿਹੜਾ ਖਾਸ ਕਰਕੇ ਪੰਜਾਬ ਦੇ ਵਿੱਚ ਵੀ ਤੇ ਇੱਕ ਹੈ ਨਾ Hindu ਭਾਈਚਾਰੇ ਦੇ ਵਿੱਚ ਬਹੁਤ ਸਾਰਾ ਅਜਿਹਾ ਸੈਕਸ਼ਨ ਆ ਜਿਹੜਾ ਕੋਈ ਸ਼ਰੇਆਮ ਧੱਕਾ ਤੁਸੀਂ ਜੇ ਭਾਜੀਪੀ ਆ ਭਾਵੇਂ ਬੰਦਾ ਕੋਈ ਭਾਜੀਪੀ ਦੇ ਨਾਲ ਰਿਲੇਟਡ ਨਹੀਂ ਆ ਤਾਲ ਮੇਰੇ ਨਹੀਂ ਰੱਖਦਾ ਫਿਰ ਵੀ ਇੱਕ ਜਿਹੜਾ ਆਮ ਸ਼ਹਿਰੀ ਆ ਕਹਿੰਦਾ ਯਾਰ ਇਹ ਤਾਂ ਸਾਰਾ ਸਾਰ ਗਲਤ ਆ ਤੁਸੀਂ ਵੋਟ ਨਾ ਪਾਓ ਉਹਨਾਂ ਨੂੰ ਪਰ ਤੁਸੀਂ ਉਹਨਾਂ ਨੂੰ ਪ੍ਰਚਾਰ ਕਰਨ ਤੋਂ ਰੋਕ ਰਹੇ ਨਾ ਇਹਦਾ ਮਤਲਬ ਹੈ ਕਿ ਇੱਕ ਜਾਂ ਤੇ ਕਿਸਾਨ ਜਥੇਬੰਦੀਆਂ ਜਾਂ ਜਿਹੜੇ ਹੇਠਲੇ ਉਹਨਾਂ ਦੇ ਕਿਸਾਨ ਜਥੇਬੰਦੀਆਂ ਜਾਂ ਦੇ ਭਾਜਪੀ ਦੇ ਨਾਲ ਰਲੇ ਹੋਏ ਨੇ ਜਾਂ ਭਾਜਪੀ ਦੇ ਟਰੈਪ ਚ ਫਸ ਗਏ ਨੇ ਜਾਂ ਕੋਈ ਸੌਦੇਬਾਜ਼ੀ ਹੋਈ ਆ ਕਿਸਾਨ ਜਥੇਬੰਦੀਆਂ ਨੇ ਤੇ ਜਦੋਂ ਹਿੰਸਕ ਕਾਰਵਾਈਆਂ ਸਾਹਮਣੇ ਆਈਆਂ ਬਿਆਨ ਵੀ ਸਾਂਝੇ ਕੀਤੇ ਆ ਜਾਰੀ ਕੀਤੇ ਆ ਵੱਡੀਆਂ ਕਿਸਾਨ ਜਥੇਬੰਦੀਆਂ ਨੇ ਕਿ ਸਾਡਾ ਕੰਮ ਇਟਾਂ ਰੋੜੇ ਚਲਾਉਣਾ ਨਹੀਂ ਹੈ ਸਾਡਾ ਕੰਮ ਤਾਂ ਕਾਲੀਆਂ ਝੰਡੀਆਂ ਦਿਖਾ ਕੇ ਸਵਾਲ ਲਿਖ ਕੇ ਫਲੈਕਸਾਂ ਦੇ ਉੱਤੇ ਨਕ ਦਿਖਾਉਣਾ ਹੈ ਜਿਹੜੇ ਇਸ ਤਰ੍ਹਾਂ ਦਾ ਕੁਝ ਕਰਦੇ ਆ ਉਹ ਸਾਡੇ ਬੰਦੇ ਨਹੀਂ ਉਹ ਕੁਝ ਹੋਰ ਨੇ ਹੋਰ ਕਿਹੜੇ ਕਿਤੇ ਬਾਹਰ ਬਾਹਰਲੇ ਮਜੂਪੀ ਬਿਹਾਰ ਤੋਂ ਆਗੇ ਜਾਂ ਹਰਿਆਣਾ ਤੋਂ ਆਗੇ ਨਾ ਬੰਦੇ ਤੇ ਇੰਨਾ ਦੇ ਆ ਮਤਲਬ ਜਿਹੜੇ ਤੁਸੀਂ ਇੰਨਾ ਗੱਡੀਆਂ ਦੇ ਪਿੱਛੇ ਭੱਜ ਰਹੇ ਇੰਨਾ ਜੋਰ ਲਾ ਰਹੇ ਹੋ ਅੱਜ ਜਿਵੇਂ ਅੰਮ੍ਰਿਤਸਰ ਦੇ ਵਿੱਚ ਚਿੱਟਾਂ ਚੱਲ ਗਿਆ ਨੇ ਉਹ ਕੋਈ ਗੱਲ ਥੋੜਾ ਹੈਗੀ ਆ ਉਧਰ ਵੀ ਕਿਸਾਨ ਖੜੇ ਸੇ ਇਧਰ ਵੀ ਕਿਸਾਨ ਭਰਾ ਮਾਰੂ ਜੰਗ ਹੀ ਕਰਵਾ ਰਹੇ ਨਾ ਤੁਸੀਂ ਚਾਹੇ ਉਹਦੇ ਚ ਬੀਜੇਪੀ ਆਲੋ ਚਾਹੇ ਉਹਦੇ ਚ ਕਿਸਾਨ ਜਥੇਬੰਦੀ ਹਣ ਚਾਹੇ ਉਥੇ ਪੰਦੇਰ ਸਾਹਿਬ ਹੁਣ ਸਟੇਟਮੈਂਟ ਦਿੰਦੇ ਫਿਰਦੇ ਹੈਗੇ ਨੇ ਭਰਾ ਮਾਰੂ ਜੰਗ ਹੋ ਗਈ ਨਾ ਵੋਟਾਂ ਪੈਂਦੀਆਂ ਤੁਸੀਂ ਵੋਟਾਂ ਚ ਜਿਹਨੂੰ ਕੰਨਾ ਰਿਜ ਤੁਸੀਂ ਉਧਰੋਂ ਮੁੰਡੇ ਥੱਪੜ ਮਾਰ ਦਿੱਤਾ ਗਿਆ ਉਧਰੋਂ ਇੱਟੇ ਚੱਲ ਪਏ ਆਗੇ ਫਿਰ ਕਿਸਾਨ ਜ਼ਖਮੀ ਹੋ ਗਏ ਨੇ ਮੈਨੂੰ ਲੱਗਦਾ ਕਿਸਾਨ ਜਥੇਬੰਦੀਆਂ ਵੀ ਓਵਰ ਰੈਕਟ ਕਰ ਰਹੀਆਂ ਨੇ ਇਸ ਮਸਲੇ ਦੇ ਵਿੱਚ ਠੀਕ ਆ ਤੁਹਾਡੇ ਨਾਲ ਧੱਕਾ ਹੋਇਆ ਪੰਜਾਬ ਦੇ ਲੋਕ ਤੁਹਾਡੇ ਨਾਲ ਪਹਿਲਾਂ ਵੀ ਖੜੇ ਸੀ ਅੱਜ ਵੀ ਖੜੇ ਪੂਰਾ ਦੇਸ਼ ਖੜਿਆ ਸੀ ਲੇਕਿਨ ਭਾਜਪੀ ਨੇ ਜੋ ਕੰਮ ਕੀਤੇ ਆਗੇ ਉਹਨਾਂ ਮਾੜੇ ਚੰਗੇ ਕੰਮਾਂ ਦਾ ਤੁਸੀਂ ਵਿਰੋਧ ਕਰਨ ਦਾ ਜਿਹੜਾ ਤਰੀਕਾ ਉਹ ਤੁਹਾਡਾ ਮਾੜਾ ਹੈਗਾ ਤੁਸੀਂ ਕਾਲੀਆਂ ਝੰਡੀਆਂ ਲੈ ਕੇ ਜੇ ਕੋਈ ਭਾਜਪੀ ਦਾ ਕੈਂਡੀਡੇਟ ਲੰਘ ਰਿਹਾ ਉਧਰ ਦੀ ਦੋਨੇ ਪਾਸੇ ਖਲੋ ਜੋ ਉੱਧਰ ਵੀ ਖਲੋਜੋ ਜੋ ਜਿੰਦਾਬਾਦ ਮੁਰਦਾਬਾਦ ਕਰਨੀ ਕਰੋ ਪਰ ਗੱਡੀਆਂ ਦੇ ਪਿੱਛੇ ਜੋ ਹੰਸ ਰਾਜ ਹੰਸ ਨੂੰ ਰੋਕ ਲਿਆ ਉਹਨਾਂ ਨੂੰ ਰੋਕ ਲਿਆ ਕੱਲ ਵੀ ਭੁਜਾਤ ਆਪਣੀ ਕਿੰਨੂੰ ਭੁਜਾਤ ਤੱਕ ਹਾਂ ਪਰ ਉਹ ਨਹੀਂ ਹੈਗਾ ਤੁਹਾਡੇ ਕੋਲ ਇੱਕ ਤਰੀਕ ਹੈ ਨਾ ਜੀ ਇੱਕ ਤਰੀਕ ਤੋਂ ਪਹਿਲਾਂ ਜਿਹੜੇ ਤੁਸੀਂ ਯੋਰ ਆਪਣਾ ਸੜਕਾਂ ਤੇ ਲਾ ਰਹੇ ਹੋ ਜਾਂ ਸਿਰ ਪਾੜ ਰਹੇ ਹੋ ਜਾਂ ਪੜਵਾ ਰਹੇ ਹੋ ਉਹਦੀ ਕੋਈ ਵੈਲਿਊ ਨਹੀਂ ਇਹਦੇ ਨਾਲ ਉਹ ਤੁਹਾਡੇ ਜਿਹੜੀਆਂ ਪਿੰਡ ਲੈਵਲ ਤੇ ਕਮੇਟੀਆਂ ਨੇ ਉਹਨਾਂ ਨੂੰ ਕਹੋਗੇ ਡੋਰ ਟੂ ਡੋਰ ਨੂੰ ਜਾਓ ਵੀ ਆ ਪਾਰਟੀ ਆ ਸਾਡੇ ਨਾਲ ਆ ਕੁਝ ਇਹਨੇ ਕੀਤਾ ਤੇ ਆਪਾਂ ਹੁਣ ਕੀ ਕਰਨਾ ਜਿਹੜਾ ਹੁਣ ਤੁਸੀਂ ਆਪ ਜਿਹੜੇ ਅੱਧੀ ਦਰਜਨ ਤੋਂ ਜ਼ਿਆਦਾ ਕਿਸਾਨ ਜ਼ਖਮੀ ਹੋਏ ਨੇ ਜਾਂ ਦੂਜੇ ਪਾਸੇ ਜਿਹੜੇ ਭਾਜਪੀ ਦੇ ਜਿਹੜੇ ਮੁੰਡੇ ਵਰਕਰ ਉਹ ਇੱਟਾਂ ਚੁੱਕ ਚੁੱਕ ਕੇ ਮਾਰ ਰਹੇ ਨੇ ਉਹ ਸਾਡੇ ਇੱਕੋ ਪਿੰਡ ਦੇ ਹੁਣ ਪਰ ਉਹ ਤੇ ਇੱਕ ਵੈਰ ਪੈ ਗਿਆ ਨਾ ਉਹ ਵੈਰ ਪੈ ਗਿਆ ਉਹ ਹੁਣ ਨਾ ਤੇ ਤਰਨਜੀਤ ਸਿੰਘ ਸੰਧੂ ਨੇ ਕੇਸ ਲੜਨੇ ਨੇ ਨਾ ਉਹ ਸਰਮਨ ਸਿੰਘ ਪੰਧੇਰ ਨੇ ਲੜਨੇ ਨੇ ਉਹਨਾਂ ਤੇ ਸਾਹਮਣੇ ਸਾਹਮਣੇ ਲੜਦੇ ਨਾ ਉਹ ਵੈਰ ਪੈ ਗਿਆ ਨਾ ਉਹ ਵੈਰ ਰਹਿਣਾ ਪੱਕਾ ਵੈਰ ਪੈ ਗਿਆ ਹੈਗਾ ਇਹ ਕਿਹੜੀ ਵੀ 16 ਸਪਾਈ ਤਰਨਜੀਤ ਸਿੰਘ ਸੰਧੂ ਨੇ ਜਪੰਧੇਰ ਨੇ ਕਰਵਾ ਦੇਣੀ ਹੈਗਾ ਜਿੰਨੀਆਂ ਵੀ ਕਿਸਾਨ ਜਥੇ ਬੰਦੀਆਂ ਜਿੰਨੇ ਵੀ ਧੜੇ ਨੇ ਇੱਕ ਤੇ ਧੜੇ ਇੰਨੇ ਜਿਆਦੇ ਹੋ ਕੇ ਪਹਿਲਾਂ 32 ਹੁੰਦੀਆਂ ਲੱਗਦੇ 32 ਦੀਆਂ 64 ਹੋ ਗਈਆਂ ਕਿਉਂਕਿ ਜਿਹੜੇ ਕਿਸਾਨ ਐਸ ਡੀ ਐਮ ਨੂੰ ਮਿਲਣ ਤੱਕ ਮਸਾਂ ਰੱਖਦੇ ਸੀ ਹੌਸਲਾ ਉਹ ਜਦ ਦੇਸ਼ ਦੇ ਪ੍ਰਧਾਨ ਮੰਤਰੀਆਂ ਤੱਕ ਤੇ ਗ੍ਰਹਿ ਮੰਤਰੀਆਂ ਤੱਕ ਮਿਲਣ ਦਾ ਪਹੁੰਚ ਜੇਸੇ ਕਰਕੇ ਪੰਜਾਬ ਦੇ ਵਿੱਚ ਜਥੇ 32 ਜਥੇਬੰਦੀਆਂ ਤੋਂ ਵੱਧ ਕੇ 64 ਦੇ ਕਰੀਬ ਪਹੁੰਚਣ ਵਾਲੀਆਂ ਨੇ ਤੇ ਇਸ ਕਰਕੇ ਇਹਨਾਂ ਨੂੰ ਚਾਹੀਦਾ ਚਾਹੀ 64 ਦੀ 164 ਬਣਾ ਲਓ ਪਰ ਘੱਟੋ ਘਾਟ ਇੱਕ ਜਿਹੜਾ ਤਰੀਕਾ ਜਿਹੜਾ ਕੋ ਡੈਕੋਰਮਟ ਹੈ ਨਾ ਸਿਸਟਮ ਉਸ ਤੇ ਹੀ ਪੈਰਾ ਦੇਣ ਦੀ ਜ਼ਰੂਰਤ ਹੈ ਛੜਕਾਂ ਤੇ ਉਮੀਦਵਾਰਾਂ ਨੂੰ ਰੋਕਣ ਦੀ ਭੱਜਣ ਦੀ ਲੜਨ ਝਗੜਨ ਦੀ ਥਾਂ ਤੁਹਾਡੇ ਕੋਲ ਇੱਕ ਤਰੀਕਾ ਵੋਟਾਂ ਦਾ ਹਥਿਆਰ ਆ ਉਹਦਾ ਇਸਤੇਮਾਲ ਕਰੋ ਪਰ ਆ ਅੱਜ ਜਿਹੜੀ ਸ਼ੁਰੂਆਤ ਹੋਈ ਨਾ ਜੇ ਪੁਲਿਸ ਨੇ ਨਾ ਕੰਟਰੋਲ ਕੀਤਾ ਲੋਕ ਕਮਿਸ਼ਨ ਨੇ ਨਾ ਕੰਟਰੋਲ ਕੀਤਾ ਸਰਕਾਰ ਨੇ ਨਾ ਕੀਤਾ ਇਹ ਅੱਗ ਜਿਹੜੀ ਨਿੱਕੀ ਜੀ ਹੁੰਦੀ ਨਾ ਚੰਗਾਰੀ ਉਹ ਭਾਂਬੜ ਦਾ ਰੂਪ ਬਣ ਜਾਂਦੀ ਹੈਗੀ ਤੇ ਫਿਰ ਕੌਣ ਜਵਾਬਦੇਹੀ ਹੋਏਗਾ ਨਾ ਤੇ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਬਾਰੇ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈਗਾ ਕਿ ਉਹ ਕਿਹਦੇ ਹੱਥਾਂ 'ਚ ਖੇਡਦੀਆਂ ਨੇ ਜਿੰਨਾ ਹੱਥਾਂ ਦੇ ਵਿੱਚ ਖੇਡਦੀਆਂ ਉਹਨਾਂ ਦੇ ਵਿੱਚ ਉਹ ਟਰੈਪ ਦੇ ਵਿੱਚ ਫਸ ਜਾਂਦੇ ਹੈਗੇ ਨੇ ਕਿਉਂਕਿ ਜਿਹੜੀ ਹਿੰਦੁਸਤਾਨ ਦੀ ਜਿਹੜੀ ਸਿਆਸਤ ਨਾ ਇਹ ਹੈ ਹੀ ਸੌਦੇ ਬਾਜ਼ੇ ਵਾਲੀ ਸਿਆਸਤ ਆ ਇਹ 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 ਸੱਚਾ ਸੌਦਾ ਨਹੀਂ ਹੈਗਾ ਇਹ ਮੌਕੇ ਦਾ ਸੌਦਾ ਹੈ ਇਹਦੇ ਜਿੱਦੇ ਟਿਕਟਾਂ ਦੀ ਵੰਡ ਕਿਵੇਂ ਦੇਣੀ ਆ ਕਿੰਨੂੰ ਕਿੱਥੇ ਦੇਣੀ ਆ ਕਿੰਨੂੰ ਕਿੱਥੋਂ ਜਿਤਾਉਣਾ ਕਿੱਥੋਂ ਹਰਾਉਣਾ ਹੈਗਾ ਕਿਹੜਾ ਇੱਕ ਵਾਰ ਦਾ ਐਮਪੀ ਦੋ ਵਾਰ ਐਮਪੀ ਅਗਲੀ ਵਾਰ ਕਿੱਥੋਂ ਲੜੇ ਇਹ ਤੇ ਇੱਕ ਪੂਰੀ ਇੱਕ ਸੌਦੇਬਾਜ਼ੀ ਆ ਤੇ ਇਸ ਕਰਕੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਤੁਸੀਂ ਸਿਆਸੀ ਲੀਡਰ ਨਹੀਂ ਹੋ ਤੁਸੀਂ ਕਿਸੇ ਦੇ ਜਾਲ ਵਿੱਚ ਨਾ ਫਸੋ ਭਰਾ ਮਾਰੂ جنگ ਦੇ ਵਿੱਚ ਨਾ ਆਪਣੀਆਂ ਨੁਕਸਾਨ ਕਰਵਾ ਲਿਓ ਵੋਟਾਂ ਵਾਲੇ ਦਿਨ ਜਿਹਦੇ ਤੁਸੀਂ ਚਿਬ ਕੱਢਨੇ ਚਿਬ ਕੱਢੋ ਪਰ ਆ ਜਿਹੜਾ ਤਰੀਕਾ ਪਿੱਛੇ ਭਜਣਾ ਰਾਹ ਰੋਕਨੇ ਉਹ ਨਹੀਂ ਹੈ ਜੇ ਕਿਸੇ ਦਾ ਵਿਰੋਧ ਕਰਨਾ ਹੈ ਤਾਂ ਪ੍ਰੋਪਰ ਤਰੀਕੇ ਨਾਲ ਕਰੋ ਸਾਈਡ ਤੇ ਬੈਠ ਕੇ ਵਿਰੋਧ ਕਰੀ ਚਲੋ ਜਿੰਨੂੰ ਪਤਾ ਲੱਗ ਜੂ ਕਿ ਹਾਂ ਇਸ ਪਾਰਟੀ ਮਾੜੀ ਹੈ ਜਾਂ ਚੰਗੀ ਪਾਰਟੀ ਉਮੀਦਵਾਰ ਮਾੜਾ ਜਾਂ ਚੰਗਾ ਹੈਗਾ ਪਰ ਆ ਜਿਹੜਾ ਤਰੀਕਾ ਨਾ ਜਿਵੇਂ ਅੱਜ ਇੱਕ ਇਟਾ ਇਟਾਂ ਦੇ ਨਾਲ ਜ਼ਖਮੀ ਕਰਤੇ ਐਡੇ ਐਡੇ ਰੋੜੇ ਨੇ ਜਿਹਦੇ ਸਿਰ 'ਚ ਵੱਜਾ ਟਾਂਕੇ ਲੱਗੇ ਹੋਣਗੇ ਤੇ ਜੇ ਉੱਥੇ ਕੋਈ ਬਜ਼ੁਰਗ ਹੁੰਦਾ ਤੇ ਬਜ਼ੁਰਗ ਕਿਸਾਨ ਮਰ ਵੀ ਸਕਦਾ ਸੀ ਫਿਰ ਕਹੋਗੇ ਰਾਹ ਰੋਕ ਲੋਗੇ ਫਿਰ ਉਹਦੀ লাশ ਸੜਕ 'ਤੇ ਰੱਖੋਗੇ ਫਿਰ ਸਰਕਾਰ ਕੋ ਮਾਪਜਾ ਮੰਗੋਗੇ ਫਿਰ ਸਰਕਾਰ ਨੌਕਰੀ ਦੇਗੀ ਇਹ ਚੀਜ਼ਾਂ ਤੋਂ ਬਚਣਾ ਚਾਹੀਦਾ ਗੁਰੇਜ਼ ਕਰਨਾ ਚਾਹੀਦਾ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਵਿੱਚ ਦੋ ਤਿੰਨ ਨਾ ਅਹਿਮ ਮੁੱਦਿਆਂ ਦੇ ਉੱਤੇ ਸੀ ਗੱਲਬਾਤ ਕੀਤੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਫਿਲਹਾਲ ਬਣੇ ਰਹੋ ABC ਪੰਜਾਬ ਦੇ ਨਾਲ